ਤੁਹਾਡਾ ਨਾਂ ਤਾਂ ਦੁਨੀਆ ਦੇ ਵਿੱਚ ਸਾਰੇ ਹੀ ਜਾਣਦੇ ਆ, ਪਰ ਮਨਮੋਹਨ ਵਾਰਸ ਹੋਰਾਂ ਨੇ ਤੁਹਾਡੇ ਗੀਤਾਂ ਨੂੰ ਬੜੀ ਸ਼ਿੱਦਤ ਦੇ ਨਾਲ ਗਾਇਆ ਜੀ। ਇੱਕ ਇਹੋ ਜਿਹਾ ਪ੍ਰਭਾਵ ਬਣ ਗਿਆ ਸੀ ਜੀ ਤੇ ਹੈ ਵੀ ਕਿ ਜੀ ਮਨਮੋਹਨ ਵਾਰਸ ਤੇ ਦੇਬੀ ਮਖਸੂਸਪੁਰੀ ਇੱਕ ਦੂਜੇ ਦੇ ਪੂਰਕ ਆ। ਦੇਬੀ ਮਨਮੋਹਨ ਲਈ ਲਿਖਦਾ ਤੇ ਮਨਮੋਹਨ ਵਾਰਸ ਦੇਬੀ ਦੇ ਗਾਉਂਦਾ। ਇੱਦਾਂ ਫਿਰ ਵਿੱਚ ਵਿਚਾਲੇ ਖਬਰਾਂ ਕਈ ਕਿਸਮ ਦੀਆਂ ਆਈਆਂ, ਸੋਸ਼ਲ ਮੀਡੀਆ ਦੇ ਉੱਤੇ ਵੀ ਆਈਆਂ, ਪਤਾ ਨਹੀਂ ਉਹ ਲੋਕਾਂ ਨੇ ਐਵੇਂ ਪੜੋਲ ਬਣਾਤੇ ਜਾਂ ਸੱਚਾਈ ਸੀ ਤਾਂ ਤੁਸੀਂ ਦੱਸੋਗੇ ਬਈ ਉਹ ਗੱਲ ਨਹੀਂ ਰਹੀ ਰਿਸ਼ਤੇ ਦੇ ਵਿੱਚ। ਉਹ ਗੱਲ ਆ ਨਾ ਜਿਹੜੀ ਉਹ ਮੈਨੂੰ ਕਈ ਵਾਰ ਚੁਭਦੀ ਆ, ਮੈਂ ਇਹਨੂੰ ਕੌਮਿਆਂ ਦੇ ਵਿੱਚ ਰੱਖ ਲੈਂਦਾ। ਜਦੋਂ ਅਸੀਂ ਵਾਰਸ ਬਾਈ ਦੇ ਨਾਲ ਗੱਲ ਕਰਦੇ ਹਾਂ ਤੁਹਾਡੀਆਂ ਸਿਫਤਾਂ ਬਹੁਤ ਕਰਦੇ ਆ, ਸੱਚੀ ਗੱਲ, ਪਰ ਤੁਹਾਡੇ ਮਨ ਦੇ ਕੀ ਵਲਵਲੇ ਆ? ਕਿਉਂਕਿ ਲੋਕ ਐਵੇਂ ਹੀ ਕਹਿ ਜਾਂਦੇ ਆ ਸੋਸ਼ਲ ਮੀਡੀਆ ਦੇ ਉੱਤੇ ਜਾਂ ਵਿਚਲੀ ਕੋਈ ਗੱਲ ਹੈ ਵੀ। ਉਹ ਜਿਹੜਾ ਪੜੋਲ ਸ਼ਬਦ ਤੁਸੀਂ ਵਰਤਿਆ ਨਾ, ਉਹ ਪੜੋਲੇ ਹੀ ਬਣ ਦਿੰਦੇ ਆ, ਉਹ 'ਚ ਕੋਈ ਵਜ੍ਹਾ ਨਹੀਂ ਕੋਈ ਹੁੰਦੀ, ਉਹ ਐਡੀ ਖਾਸ ਗੱਲ ਗੱਲ ਨਹੀਂ ਹੈ ਵੀ ਨਹੀਂ। ਹਾਂਜੀ ਫਿਰ ਉਹ ਮੈਂ ਕਿਹਾ ਚੱਲ ਹੁਣ ਯਾਰ ਜੇ ਇਹਨਾਂ ਨੂੰ ਇੱਦਾਂ ਕਹਿ ਕੇ ਚੰਗਾ ਲੱਗਦਾ ਕੋਈ ਨਹੀਂ, ਤੁਸੀਂ ਆਪਣਾ ਨਜ਼ਾਰਾ ਲਈ ਜਾਓ, ਪਰ ਉੱਦਾਂ ਕੋਈ ਮਸਲਾ ਨਹੀਂ, ਜਾਂ ਇੱਦਾਂ ਕੋਈ ਲੜਾਈ ਨਹੀਂ, ਜਾਂ ਕੋਈ ਮਤਭੇਦ ਨਹੀਂ ਹੈਗਾ। ਅਤੇ ਬਾਈ ਜੀ ਉਹ ਜਿਹੜਾ ਗੀਤ ਪੁੱਛਿਆ ਸੀ ਹਰਮਨ ਜੀ, ਬਿਲਕੁਲ ਹਰਮਨ ਜੀ, ਬਈ ਆਹ ਸਿਖਰਲਾ ਲਿਖ ਲਿਆ ਜੀ, ਇਸ ਤੋਂ ਬਾਅਦ ਇਹੋ ਜਿਹੀ ਦੁਬਾਰਾ ਉੱਦਾਂ ਦੀ ਗੱਲ ਮੇਰੇ ਤੋਂ ਨਹੀਂ ਬਣੀ। ਮੈਨੂੰ ਨਾ ਇੱਕ ਗਾਣੇ ਦੇ ਬਾਰੇ ਲੱਗਦਾ, ਦੋ ਗਾਣੇ ਮੈਂ ਕਈ ਵਾਰ ਸੋਚਦਾ ਹੁੰਦਾ ਮੇਰੇ ਮਨ ਦੇ ਬਹੁਤ ਜ਼ਿਆਦਾ ਨੇੜੇ ਆ, ਕਿਸ ਹਾਲ 'ਚ ਰਹਿੰਦਾ ਹਾਂ ਤੈਨੂੰ ਕੁਝ ਵੀ ਪਤਾ ਨਹੀਂ, ਦਿਲ 'ਤੇ ਕੀ ਸਹਿੰਦਾ ਹਾਂ ਤੈਨੂੰ ਕੁਝ ਵੀ ਪਤਾ ਨਹੀਂ, ਕਿੰਨਾਂ ਦੀਆਂ ਗੱਲਾਂ ਨੇ ਮੇਰੀ ਰੂਹ ਨੂੰ ਪੱਛਿਆ ਏ, ਕਿਸ ਕਿਸ ਗੱਲ ਉੱਤੇ ਮੈਂ ਅੱਖੀਆਂ ਭਰ ਲੈਂਦਾ ਹਾਂ ਤੈਨੂੰ ਕੁਝ ਵੀ ਪਤਾ ਨਹੀਂ। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ 'ਤੇ ਚਾਹੀਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਫਿਰ ਤੋਂ ਹਾਜ਼ਰ ਹੋ ਗਏ ਹਾਂ, ਅਤੇ ਅੱਜ ਲਗਾਤਾਰਤਾ ਨੂੰ ਬਰਕਰਾਰ ਰੱਖਦੇ ਹੋਏ ਮੈਂ ਹਰਮਨ ਥਿੰਦ, ਮੇਰੇ ਨਾਲ ਸਵਰਨ ਸਿੰਘ ਢਾਣਾ ਅਤੇ ਸਾਡੇ ਦੋਵਾਂ ਦੇ ਨਾਲ ਅੱਜ ਫਿਰ ਤੋਂ ਹਾਜ਼ਰ ਨੇ ਦੇਬੀ ਮਖਸੂਸਪੁਰੀ ਜੀ। ਬਾਈ ਜੀ ਦੁਬਾਰਾ ਤੋਂ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਤੁਹਾਡਾ ਦੋਨਾਂ ਦਾ ਅਤੇ ਜਿਹੜੀ ਸੰਗਤ ਜੁੜੀ ਹੋਈ ਆ ਇਹਨਾਂ ਦਾ ਸ਼ੁਕਰਾਨਾ। ਬਾਈ ਜੀ ਕੱਲ੍ਹ ਅਸੀਂ ਨਾ ਦੇਬੀ ਲਾਈਵ ਭਾਗ ਪਹਿਲਾਂ ਤੱਕ ਗੱਲ ਕਰ ਲਈ ਸੀ ਜੀ, ਪਰ ਫਿਰ ਦੂਜਾ ਭਾਗ ਤੀਜਾ ਭਾਗ ਪਤਾ ਹੀ ਨਹੀਂ ਕਿੰਨੇ ਭਾਗ ਆਏ ਜੀ ਜੀ ਜੀ। ਇੱਕ ਤਾਂ ਉਹ ਜਿਹੜਾ ਭਾਗ ਸੀ ਨਾ ਬੰਦੇ ਦਾ ਇੱਕ ਨਾ ਹੀ ਚੇਤੇ ਰਹਿ ਜਾਂਦਾ, ਪਿਆਰ ਚੇਤੇ ਰਹਿ ਜਾਂਦਾ ਇਸ ਦੁਨੀਆ ਤੋਂ ਹੋਰ ਕੋਈ ਕੀ। ਕੀ ਬਾਤ ਆ, ਉਹ ਤਾਂ ਨਾ ਸੱਚੀ ਸਿਖਰ ਆ ਜੀ ਜੀ ਜੀ, ਉਹ ਤਾਂ ਨਾ ਜਦੋਂ ਵੀ ਸੁਣਦੇ ਆ ਐਂ ਲੱਗਦਾ ਵੀ ਕੱਲ ਦੀ ਗੱਲ ਆ ਤੇ ਸਾਡੇ ਬਾਰੇ ਗੱਲ ਕੀਤੀ ਆ ਜੀ ਜੀ, ਤੇ ਇਸ ਸ਼ੇਅਰ ਤੋਂ ਸਮਝਾਉਣੀ ਲੈਣੀ ਚਾਹੀਦੀ ਆ, ਸਮਝ ਜਾਣਾ ਚਾਹੀਦਾ। ਇੱਕ ਤਾਂ ਉਹਦੇ ਬੋਲ ਸਾਂਝੇ ਕਰ ਲਿਓ ਜੀ ਜੀ ਬਿਲਕੁਲ, ਤੇ ਇੱਕ ਇਹ ਦੱਸ ਦਿਓ ਵੀ ਹੁਣ ਵਕਫਾ ਖਾਸਾ ਪਾਉਣ ਲੱਗ ਪਏ ਆ ਕੀ, ਦੇਬੀ ਲਾਈਵ ਹੁਣ ਕਰਨੀ ਨਹੀਂ ਜਾਂ ਕੋਈ ਹੋਰ ਵਿਚਾਰ ਆ ਗਏ ਆ ਵੀ ਭਾਈ ਹੁਣ ਆਪਾਂ ਇਹ ਨਹੀਂ ਆਹ ਕਰਨਾ? ਨਹੀਂ ਜੀ ਕਰਾਂਗੇ, ਕੀਤੀ ਵੀ ਸੀ ਪਿੱਛੇ ਇੱਕ ਲਾਈਵ 6 ਕੀਤੀ ਸੀਗੀ ਜੀ, ਉਹ ਕੁਮਾਰ ਆਪਣੇ ਜਿਹੜੇ ਵੀ ਸੀ ਡੀ ਵਾਲੇ ਉਹਨਾਂ ਨੇ ਰਿਲੀਜ਼ ਕੀਤੀ ਸੀ ਪਿਛਲੇ ਸਾਲ 17 ਵਿੱਚ, ਡੇਢ ਸਾਲ ਹੋ ਗਿਆ ਜੀ, ਅਤੇ ਉੱਥੇ ਲਵਲੀ 'ਚ ਸ਼ੂਟ ਕੀਤੀ ਸੀ ਲਵਲੀ ਯੂਨੀਵਰਸਿਟੀ 'ਚ, ਅਤੇ ਹੁਣ ਅਗਲੀ ਦੀ ਵੀ ਤਿਆਰੀ ਕਰਦੇ ਪਏ ਜੀ, ਇਸ ਸਾਲ ਸਾਡੀ ਪੂਰੀ ਕੋਸ਼ਿਸ਼ ਹੈ ਅਸੀਂ ਇੱਥੇ ਪੰਜਾਬ 'ਚ ਕਰ ਰਹੇ, ਜਾਂ ਸ਼ਾਇਦ ਸਾਡੇ ਇੱਕ ਮਿੱਤਰ ਨੇ ਜਿਸਨੂੰ ਨਿਊਜ਼ੀਲੈਂਡ ਰਹਿੰਦੇ ਆਸਟ੍ਰੇਲੀਆ, ਉਹ ਪਲੈਨ ਕਰਦੇ ਪਏ ਸ਼ਾਇਦ ਜੇ ਉਹਨਾਂ ਦਾ ਗੇਟ ਬਣ ਗਿਆ ਤਾਂ ਆਕਲੈਂਡ ਵਿੱਚ ਉਹ ਸ਼ੂਟ ਆ, ਤੇ ਸਾਰੇ ਨਵੇਂ ਸ਼ੇਅਰ ਤੇ ਗਾਣੇ ਤਿਆਰ, ਬਿਲਕੁਲ ਮੈਟਰ ਸਾਰਾ ਨਵਾਂ, ਹਾਂਜੀ ਬਿਲਕੁਲ ਲਗਭਗ ਤਿਆਰ ਕਰ ਲਿਆ ਜੀ 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 ਬਿਲਕੁਲ, ਤੇ ਉਹ ਕਰੀ ਜਾਂਦੇ ਕੁਛ ਨਾ ਕੁਛ ਵੀ ਪੁਰਾਣੀਆਂ ਫਾਈਲਾਂ ਖੋਲ ਲਾਂਗੇ ਜੀ, ਉਹਨਾਂ 'ਚ ਕੁਛ ਨਾ ਕੁਛ ਨਿਕਲ ਆਊਗਾ ਜਾਂ ਕੁਛ ਨਾ ਕੁਛ ਨਵਾਂ, ਫਿਰ ਉਹ ਟਾਈਮਿੰਗ ਫਿਰ ਦੇਖ ਲਈ ਕਈ ਵਾਰ ਨਾ ਵੀ ਜੇ ਇੰਨੇ ਕੁ ਜੇ ਆਪਾਂ 1.5 ਘੰਟੇ ਦੀ ਕਰਨੀ ਟਾਈਮਿੰਗ ਹੈ ਨਾ, 1 ਘੰਟਾ 40 ਮਿੰਟ, ਫਿਰ ਉਹ ਦੇਖ ਲਈਦਾ ਵੀ ਉਹਨੇ ਕੁ ਹਿਸਾਬ ਨਾਲ ਫਿਰ ਮਤਲਬ ਕਰ ਲਈਦਾ ਹੈ ਨਾ, ਅਤੇ ਉਹ ਕਰਾਂਗੇ। ਅਤੇ ਉਹ ਸ਼ੇਅਰ ਜਿਹੜੇ ਸੀਗੇ, ਇੱਕ ਮੇਰੇ ਹੋਰ ਮਨ ਦੇ ਨੇੜੇ ਸ਼ੇਅਰ ਹੈ ਜੀ, ਮੈਂ ਤੁਹਾਨੂੰ ਸੁਣਾ ਸਾਂਝੇ ਕਰ ਲੈਣਾ, ਇਹ ਪਿਛਲੀ ਲਾਈਵ 'ਚ ਸੀਗੇ ਉਹ ਜੀ, ਉਹ ਹੁਣ ਬੜੇ ਸਟੇਜਾਂ ਦੇ ਅੱਜ ਕੱਲ੍ਹ ਜਦੋਂ ਮੈਂ ਪਰਫੋਰਮ ਕਰਦਾ ਉਹਦੇ ਬੜੇ ਲੋਕ ਚਾਹ ਕੇ ਸੁਣਦੇ ਆ, ਉਹ ਹੈਗੇ ਕਿ ਤਕਲੀਫਾਂ ਕਿੰਨੀਆਂ ਝੱਲੀਆਂ ਦਸਤਾਰਾਂ ਨੂੰ ਪਤਾ, ਮਿਲੀਆਂ ਨੇ ਕਿੰਨੀਆਂ ਮਹਿੰਗੀਆਂ ਸਰਦਾਰਾਂ ਨੂੰ ਪਤਾ, ਵਾਹ ਸਿਰ ਕਿੰਨੇ ਗਏ ਆਜ਼ਾਦੀ ਲਈ ਸਿਰ ਲੱਥ ਜਾਣ ਦੇ, ਜਾਨੋ ਗਿਆ ਹੈ ਕੌਣ ਕੌਣ ਤਲਵਾਰਾਂ ਨੂੰ ਪਤਾ, ਜਾਨਾਂ ਬਚਾ ਕੇ ਦੌੜੇ ਕੀ ਛੱਡ ਆਏ ਸਨ 47 ਵਿੱਚ ਉਜੜੇ ਹੋਏ ਪਰਿਵਾਰਾਂ ਨੂੰ ਪਤਾ, ਵਾਹ ਅੰਨਦਾਤਿਆਂ ਨੂੰ ਮਰਨ ਲਈ ਮਜਬੂਰ ਕਿਨ ਕੀਤਾ, ਅੰਨਦਾਤਿਆਂ ਨੂੰ ਮਰਨ ਲਈ ਮਜਬੂਰ ਕਿਨ ਕੀਤਾ, ਸਲਫਾਸ ਪੀ ਕੇ ਮਰਦੇ ਹੋਏ ਜ਼ਿਮੀਂਦਾਰਾਂ ਨੂੰ ਪਤਾ, ਵਾਹ ਵਾਹ ਕਿੰਨਿਆਂ ਨੂੰ ਚਿੱਟਾ ਖਾ ਗਿਆ, ਕਿੰਨਿਆਂ ਨੂੰ ਚਿੱਟਾ ਖਾ ਗਿਆ ਇਹ ਸਾਥੋਂ ਪੁੱਛ ਲਓ, ਕਮਾਈ ਕਿੰਨੀ ਪੰਜਾਬ ਦੇ ਗੁਨਾਹਗਾਰਾਂ ਨੂੰ ਪਤਾ, ਕਮਾਈ ਕਿੰਨੀ ਪੰਜਾਬ ਦੇ ਗੁਨਾਹਗਾਰਾਂ ਨੂੰ ਪਤਾ, ਕਿ ਲੁੱਟ ਹੋ ਕੇ ਕੁੱਟ ਖਾ ਕੇ ਵੋਟਾਂ ਪਾਉਣਗੇ, ਲੋਕਾਂ ਦੀ ਯਾਦਾਸ਼ਤ ਹੈ ਸਰਕਾਰਾਂ ਨੂੰ ਪਤਾ, ਵਾਹ ਵਾਹ ਕੀ ਬਾਤ ਹੈ, ਮਾਲਕ ਜੋ ਚਾਹੁੰਦੇ ਉਹਨਾਂ ਦੇ ਵਿੱਚ ਉਹੀ ਛਪਦਾ ਏ, ਅੰਦਰਲੀ ਗੱਲ ਹੁੰਦੀ ਨਹੀਂ ਅਖਬਾਰਾਂ ਨੂੰ ਪਤਾ, ਵਾਹ ਵਾਹ ਅੰਦਰਲੀ ਗੱਲ ਹੁੰਦੀ ਨਹੀਂ ਅਖਬਾਰਾਂ ਨੂੰ ਪਤਾ। ਆ ਗਿਆ ਆਖਰੀ ਸ਼ੇਅਰ ਹੈ ਜੀ, ਮੈਂ ਦੁਨੀਆਂ ਦੇ ਤਮਾਮ ਦੋਸਤਾਂ ਨੂੰ ਸਮਰਪਿਤ ਕਰਦਾ ਹੁੰਦਾ ਸਟੇਜ 'ਤੇ ਵੀ, ਵੀ ਜਿੰਨੇ ਸੱਜਣ ਮਿੱਤਰ ਹੈ ਜਿਹੜੇ ਚੰਗੇ ਸਹੀ ਮੈਨੇ ਯਾਰ ਦੋਸਤ ਆ ਉਹਨਾਂ ਨੂੰ ਡੈਡੀਕੇਟ ਸ਼ੇਅਰ ਕਰਦਾ ਕਿ ਚੋਟੀ 'ਤੇ ਪਹੁੰਚਿਆਂ ਨੂੰ ਸਾਰੀ ਦੁਨੀਆਂ ਵੇਖਦੀ,
ਚੋਟੀ ਤੇ ਪਹੁੰਚਿਆ ਨੂੰ ਸਾਰੀ ਦੁਨੀਆ ਵੇਖਦੀ, ਰਾਹਾਂ ਦੀ ਜੋ ਤਕਲੀਫ ਦੇਬੀ ਯਾਰਾਂ ਨੂੰ ਪਤਾ। ਵਾਹ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ, ਇਸ ਤਰ੍ਹਾਂ ਦੇ ਬਹੁਤ ਸੋਹਣੀ ਸ਼ਾਇਰੀ ਹੈ। ਜਦੋਂ ਤੁਸੀਂ ਕਿਹਾ ਨਾ ਵੀ ਸਿਆਸਤ ਦੀ ਗੱਲ ਕੀਤੀ, ਕਟਾਕਸ਼ ਕੀਤਾ ਸ਼ੇਰ ਦੇ ਰਾਹੀਂ, ਉਹ ਮੈਨੂੰ ਕੁਛ ਸਤਰਾਂ ਚੇਤੇ ਆ ਗਈਆਂ। ਕਹਿੰਦੇ ਵੀ ਇਸ ਬਾਰ ਚੁਣਾਵ ਦੋ ਚਰਣੋਂ ਮੇ ਹੋਗੇ, ਪਹਿਲੇ ਵੋ ਆਪਕੇ ਚਰਣੋਂ ਮੇ ਹੋਗੇ ਔਰ ਫਿਰ ਪੌਣੇ ਪੰਜ ਵਰਸ਼ ਆਪ ਉਨਕੇ ਚਰਣੋਂ ਮੇ ਹੋਗੇ। ਵਾਕਈ ਸੱਚੀ ਗੱਲ ਹੈ, ਪਰ ਗੱਲ ਇਹ ਹੈ ਵੀ ਲੋਕਾਂ ਨੂੰ ਵੀ ਇਹਨਾਂ ਗੱਲਾਂ ਤੋਂ ਸੇਧ ਲੈਣ ਦੀ ਜ਼ਰੂਰ ਲੋੜ ਹੈ। ਬਿਲਕੁਲ। ਪਰ ਮੈਂ ਸ਼ੁਰੂਆਤ ਦੇ ਵਿੱਚ ਇੱਕ ਤੁਹਾਨੂੰ ਨਿੱਜੀ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਹੁਣ ਤੱਕ, ਚਾਹੇ ਉਹ ਆਪਾਂ ਪਿਛਲੀ ਕਿਸ਼ਤ ਦੀ ਗੱਲ ਕਰ ਲਈਏ, ਚਾਹੇ ਉਹ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਗੱਲਾਂ ਬਾਤਾਂ ਦੀ ਗੱਲ ਕਰ ਲਈਏ, ਜਿੰਨੀ ਹਲੀਮੀ ਮੈਂ ਤੁਹਾਡੇ ਅੰਦਰ ਵੇਖੀ, ਜਿੰਨੀ ਮਿਠਾਸ ਤੁਹਾਡੇ ਅੰਦਰ ਵੇਖੀ ਹੈ, ਮੈਨੂੰ ਇਹ ਦੱਸੋ ਵੀ ਕਦੀ ਕੋਈ ਸ਼ਰਾਰਤ ਕੀਤੀ ਹੈ ਜਾਂ ਨਹੀਂ, ਕਿ ਸ਼ੁਰੂ ਤੋਂ ਹੀ ਬਸ ਸਿਰਫ ਇੱਕ ਸੰਜੀਦਾ ਵਿਅਕਤੀ ਦੇ ਤੌਰ ਤੇ ਕਿਤਾਬਾਂ ਪੜ੍ਹਨ ਲੱਗੇ? ਹਾਂਜੀ, ਠੀਕ ਆ, ਉਦੋਂ ਵੀ ਤੁਹਾਡਾ ਮਾਹੌਲ ਹੀ ਨਹੀਂ ਸੀ। ਜੀ ਜੀ ਜੀ, ਕਿਤੇ ਪਤਾ ਨਹੀਂ ਹੋ ਗਏ ਹੁਣੇ ਤਾਂ ਪਤਾ ਨਹੀਂ ਮੈਨੂੰ। ਇੱਕ ਬਹੁਤ ਤੁਹਾਨੂੰ ਨਿੱਜੀ ਗੱਲ ਸਾਂਝੀ ਕਰਦਾ ਜੀ, ਮੈਂ ਸਾਰਾ ਟੀਵੀ 'ਤੇ ਨਹੀਂ ਸੁਣਾਈ, ਹੁਣ ਮੇਰੀ ਸ਼ਾਇਦ ਘਰੋਂ ਵੀ ਕਲਾਸ ਲੱਗ ਜਾਵੇ ਪਰ ਸੁਣਾ ਹੀ ਦਿੰਦੇ। ਜਦੋਂ ਪਹਿਲੀ ਵਾਰ ਰਿਕਾਰਡਿੰਗ ਕਰਾਉਣ ਆਇਆ ਨਾ ਤਾਂ ਇੱਥੇ ਆਏ ਤਾਂ ਸਾਡੇ ਇੱਕ ਮਿੱਤਰ ਬਿੰਦਾ ਫੌਜੀ ਆ ਜੀ ਕੈਨੇਡਾ ਰਹਿੰਦਾ, ਬਿੰਦਾ ਬੋਬੀ ਸਾਡੇ ਦੋਨਾਂ ਗਾਣੇ 'ਚ ਆਉਂਦੇ ਆ, ਬੋਬੀ ਤਾਂ ਚੜ੍ਹਾਈ ਕਰ ਗਿਆ ਸਾਡਾ ਦੋਸਤ ਬਿੰਦਾ ਵੀਰ, ਉਹਨੂੰ ਬਿੰਦਾ ਫੌਜੀ ਕਹਿੰਦੇ ਆ। ਉਹਨੂੰ ਇੰਗਲੈਂਡ ਤੋਂ ਸਾਡੇ ਕਿਸੇ ਕਲਾਕਾਰ ਮਿੱਤਰ ਦਾ ਫੋਨ ਗਿਆ, ਉਹ ਕਹਿੰਦਾ ਯਾਰ ਇੱਕ ਗੱਲ ਪੁੱਛਣੀ ਆ, ਪਰ ਤੂੰ ਮਿੱਟੀ ਪਾ ਦੇਈਂ ਇੱਥੇ, ਮੈਨੂੰ ਪਤਾ ਤੈਨੂੰ ਪਤਾ ਨਾ ਪਰ ਤੂੰ ਮਿੱਟੀ ਪਾ ਦੇਈਂ ਇੱਥੇ। ਕਹਿੰਦਾ ਮੈਂ ਪਾਊਂਗਾ ਤਾਂ, ਤੂੰ ਮੈਨੂੰ ਪਹਿਲਾਂ ਖਿਲਾਰ ਤਾਂ ਸਹੀ ਗੱਲ ਕਿਹੜੀ। ਉਹ ਕਹਿੰਦਾ ਯਾਰ ਗੱਲ ਬਹੁਤੀ ਚੰਗੀ ਨਹੀਂ, ਵੀ ਦੇਬੀ ਠੀਕ ਠਾਕ ਆ। ਕਹਿੰਦਾ ਹਾਂ ਠੀਕ ਆ। ਕਹਿੰਦਾ ਕਿੱਥੇ ਆ? ਕਹਿੰਦਾ ਇੰਡੀਆ ਗਾ ਰਿਕਾਰਡਿੰਗ ਕਰਾਉਣ ਗਿਆ ਤੇ ਉਹ ਪਹਿਲੀ ਵਾਰ। ਕਹਿੰਦਾ ਪੱਕੀ ਗੱਲ ਹੈ? ਕੋਈ ਕੁਛ ਨਹੀਂ, ਕੋਈ ਕੁਛ ਨਹੀਂ। ਕਹਿੰਦਾ ਨਹੀਂ ਕੁਛ ਵੀ ਨਹੀਂ। ਕਹਿੰਦਾ ਅੱਛਾ ਸ਼ੁਕਰ ਹੈ, ਬਸ ਹੁਣ ਤੂੰ ਮਿੱਟੀ ਪਾ ਦੇ। ਕਹਿੰਦਾ ਕਹਿੰਦਾ ਪਾਵਾਂ ਕਿਹੜੀ ਗੱਲ ਤੇ? ਉਹ ਕਹਿੰਦਾ ਯਾਰ ਇੱਥੇ ਇੰਗਲੈਂਡ 'ਚ ਅਫਵਾਹ ਉੱਡ ਗਿਆ ਵੀ ਕੋਈ ਉਹਨੂੰ ਕੋਈ ਬੀਬੀ ਭਜਾ ਕੇ ਲੈ ਗਈ। ਅੱਛਾ, ਭਜਾ ਕੇ ਲੈ ਗਈ ਕੈਨੇਡਾ ਤੋਂ? ਉਹ ਕਹਿੰਦਾ ਰੱਬ ਰੱਬ ਕਰ ਭਰਾਵਾ, ਹੈ ਨਾ ਕੋਈ ਤਾਂ ਚਲੋ ਗੱਲ। ਮੈਂ ਮੈਡਮ ਆਪਣੀ ਦੱਸਿਆ, ਮੈਂ ਕਿਹਾ ਵੀ ਇੱਦਾਂ ਦਾ ਉਹਨੇ ਕਿਹਾ ਸੀ? ਕਹਿੰਦੀ ਆਹੋ ਹਾਂ। ਕਹਿੰਦੀ ਇਹ ਤਾਂ ਮੈਂ ਮੰਨ ਸਕਦੀ ਵੀ ਇਹਨੂੰ ਕੋਈ ਭਜਾ ਕੇ ਲੈ ਜਾਵੇ, ਇਹ ਨਹੀਂ ਇੰਨੇ ਜੋਗਾ ਇਹ ਕਿਸੇ ਨੂੰ ਭਜਾ ਕੇ ਲੈ ਜਾਵੇ। ਉਹ ਮੈਂ ਸੱਚ ਮੰਨ ਸਕਦੀ ਵੀ ਕੋਈ ਇਹਨੂੰ ਲੈ ਜਾਵੇ ਭਜਾ ਕੇ, ਇਹ ਨਹੀਂ ਇੰਨੇ ਜੋਗਾ ਵੀ ਇਹ ਲੈ ਜਾਵੇ ਕਿਸੇ ਨੂੰ। ਉਹ ਬੜਾ ਹਾਸਾ ਮਜ਼ਾਕ ਹੈ ਸੁਭਾਅ 'ਚ ਹੀ ਇੱਦਾਂ ਤੁਹਾਡੇ। ਜੀ ਜੀ, ਬਸ ਫਿਰ ਮੁੱਛ ਫੁੱਟਦੀ ਸੀ ਉਦੋਂ ਵੀ ਕਦੇ ਮੁਹੱਬਤ ਦੀ ਡੁਬਕੀ ਡਬਕੀ ਦੀ ਕੋਈ ਗੱਲ ਨਹੀਂ ਇੱਦਾਂ, ਕੋਈ ਐਡੀ ਨਹੀਂ ਹੋਈ ਜੀ, ਕੋਈ ਜ਼ਿਕਰਯੋਗ ਨਹੀਂ ਹੋਈ ਹੋਣੀ। ਮੈਨੂੰ ਤੁਸੀਂ ਸਿੱਧਾ ਹੀ ਨਿੱਜੀ ਹੋਈ ਜਾਂਦੇ ਹੋ, ਮੈਂ ਤਾਂ ਨਿੱਕੀਆਂ ਮੋਟੀਆਂ ਸ਼ਰਾਰਤਾਂ ਪੁੱਛੀਆਂ ਸੀ, ਬਿਲਕੁਲ ਘਰੋਂ ਨਾ ਨਾ ਕਲਾਸ ਲਾਉਣ ਵਾਲੀ ਕਰਦੇ ਹੋ। ਜੋ ਗੱਲ ਭੈਣ ਜੀ ਨੇ ਕਹਿਤੀ ਅੱਗੋਂ ਹੈ ਤੇ ਮੈਂ ਵੀ ਤਾਂ ਨਾਲ ਮਿਲਦੀ ਜੁਲਦੀ ਕੀਤੀ ਹੈ ਨਾ। ਹੁਣ ਭੈਣ ਜੀ ਨੇ ਬਿਲਕੁਲ ਧਿਆਨ ਨਾਲ ਪ੍ਰੋਗਰਾਮ ਸੁਣਨਾ ਵੀ ਕਿਤੇ ਕੋਈ ਨਿਕਲ ਨਾ ਆਵੇ। ਮਿਲਦੀ ਜੁਲਦੀ ਹੋ ਰਹੀ ਜੀ, ਚਲੋ ਜਦੋਂ ਲਾਤੀ ਲੋਈ ਤਾਂ ਨਾ। ਇੱਕ ਵਾਰੀ ਲਾਈਵ ਸ਼ੇਅਰ ਸੀਗੇ ਅਸੀਂ, ਮੈਂ ਤਾਂ ਮੈਡਮ ਦੋਵੇਂ ਕੈਨੇਡਾ ਜਾਂਦੇ ਸੀ, ਉਹ ਗੱਡੀ ਚਲਾਉਂਦੇ ਸੀ, ਮੈਂ ਬੈਠਾ ਸੀ ਨਾਲ। ਉਹ ਦੇਬੀ ਲੈਬ 3-4 ਪਤਾ ਨਹੀਂ ਕਿਹੜੇ ਸੀਗੇ ਕਿ ਉਹ ਸ਼ੇਅਰ ਸੀਗਾ ਕਿ ਰਲ ਕੇ ਮੀਟਿੰਗ ਕੀਤੀ, ਇੱਕ ਮੁਸੀਬਤਾਂ ਕਈਆਂ ਨੇ ਘਰ ਸਮਝ ਕੇ ਆਪਣਾ ਮੇਰੇ ਘਰ ਆ ਗਈਆਂ ਨੇ, ਕਿ ਸਭ ਦੀਆਂ ਯਾਦਾਂ ਹਾਲੇ ਤੀਕ ਸਾਂਭੀਆਂ ਪਈਆਂ ਨੇ, ਜਿੰਨੀਆਂ ਕੁੜੀਆਂ ਦਿਲ ਮੇਰੇ ਵਿੱਚ ਰਹਿ ਕੇ ਗਈਆਂ ਨੇ। ਹੁਣ ਬ੍ਰੇਕ ਮਾਰੀ ਕਿਦਾਂ? ਕਹਿੰਦੀ ਆਹ ਦੱਸ ਪਹਿਲਾਂ ਕਿਹੜੀ ਕਿਹੜੀ ਸੀ, ਗਰੀਬ ਚਿੱਤ ਵੀ ਨਾ ਪੂਰਾ ਕਰੇ। ਚੱਲ ਕਹਿੰਦੀ ਫਿਰ ਠੀਕ ਹੈ, ਮੈਂ ਆਪਦੇ ਕਹਿ ਕੇ ਚਿੱਤ ਵੀ ਨਾ ਪੂਰਾ ਕਰੀ। ਬਾਈ ਜੀ, ਬੰਦੇ ਦਾ ਇੱਕ ਪਿਆਰ ਹੀ ਚਿੱਤੇ ਰਹਿ ਜਾਂਦਾ। ਜੀ ਜੀ ਬਿਲਕੁਲ, ਉਹ ਹਾਂਜੀ ਉਹ ਕਈ ਚੀਜ਼ਾਂ ਇੱਦਾਂ ਦੇ ਹੁੰਦੇ ਆ ਜਾਂ ਐਸੇ ਆਡੀਅੰਸ ਨੂੰ ਪਸੰਦ ਆ ਜਾਂਦੇ, ਸਾਡੇ ਮੂੰਹ 'ਤੇ ਚੜ੍ਹ ਜਾਂਦੇ ਸੀ ਵੀ ਸਟੇਜਾਂ 'ਤੇ ਬੋਲਦੇ ਰਹਿੰਦੇ ਸੀਗਾ ਕਿ ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ, ਇਸ ਦੁਨੀਆਂ 'ਚ ਹੋਰ ਕੋਈ ਕੀ ਲੈ ਜਾਂਦਾ, ਬਾਹਰ ਕੱਫਣ ਤੋਂ ਖਾਲੀ ਹੱਥ ਸਿਕੰਦਰ ਦੇ, ਜਾ ਸਕਦਾ ਕੁਝ ਨਾਲ ਤਾਂ ਸੱਚੀ ਲੈ ਜਾਂਦਾ। ਬੜਾ ਕੁਛ ਸੀ ਲਿਜਾਣ ਨੂੰ, ਜਾ ਸਕਦਾ ਕੁਝ ਨਾਲ ਤਾਂ ਸੱਚੀ ਲੈ ਜਾਂਦਾ। ਇੱਕ ਹੈਗਾ ਕਿ ਕਿਸੇ ਨੂੰ ਦਿਲ ਵਿੱਚ ਨੇ, ਤੁਰਿਆ ਫਿਰਦਾ ਪਿੱਛੇ ਕਿਸੇ ਦੀ ਤਾਕਤ ਹੈ, ਤੁਰਿਆ ਫਿਰਦਾ ਪਿੱਛੇ ਕਿਸੇ ਦੀ ਤਾਕਤ ਹੈ, ਜਿੰਨੇ ਝੱਖੜ ਝੁੱਲੇ ਕਰਦਾ ਢਹਿ ਜਾਂਦਾ। ਵਾਹ ਵਾਹ। ਉਸ ਤੋਂ ਨਾ ਅਹਿਸਾਨ ਕਰਾਂ ਵੀ ਭੁੱਲ ਕੇ ਤੂੰ, ਉਸ ਤੋਂ ਨਾ ਅਹਿਸਾਨ ਕਰਾਂ ਵੀ ਭੁੱਲ ਕੇ ਤੂੰ, ਚਾਹ ਦਾ ਕੱਪ ਵੀ ਉਹਦਾ ਮਹਿੰਗਾ ਪੈ ਜਾਂਦਾ। ਵਾਹ ਵਾਹ। ਕਿਸੇ ਨੂੰ ਦਿਲ ਵਿੱਚ ਬਹਿਣ ਲਈ ਬਸ ਜਗ੍ਹਾ ਦਿਓ, ਹੌਲੀ ਹੌਲੀ ਤੁਹਾਡੀਆਂ ਜੜ੍ਹਾਂ 'ਚ ਬਹਿ ਜਾਂਦਾ। ਕੀ ਬਾਤ ਹੈ, ਵਾਹ ਵਾਹ ਵਾਹ। ਦੇਬੀ ਤੇਰੇ ਵਿੱਚ ਨੁਕਸ ਤਾਂ ਹੋਵਣਗੇ, ਐਵੇਂ ਨਹੀਂ ਕੋ ਕਿਸੇ ਦੇ ਮੂੰਹੋਂ ਲੈ ਜਾਂਦਾ। ਵਾਹ ਵਾਹ ਵਾਹ। ਕਿਆ ਬਾਤ ਹੈ, ਬਹੁਤ ਸੋਹਣੀ, ਕਮਾਲ। ਜੇ ਤੁਹਾਡੇ ਤੋਂ ਮੈਂ ਇੱਕ ਹੋਰ ਚੀਜ਼ ਜਾਣਨੀ ਚਾਹਾਂ ਵੀ ਕਹਿ ਸਕਦੇ ਹਾਂ? ਹਾਂ ਜੀ, ਹੁਸ਼ਾ ਕਲਾਸ ਤਾਂ ਲੋੜ, ਕਤਲ ਇੱਕ ਦਾ ਪਾਪ ਉਹਨਾਂ, ਸਜ਼ਾ ਵੀ ਉਹਨੀ, ਦੋ ਕਤਲਾਂ ਦੀ ਚੋਰੀ। ਸ਼ੁਰੂਆਤ ਤਾਂ ਹੋ ਹੀ ਗਈ ਹੈ, ਪਰ ਨਹੀਂ ਮੈਂ ਇਹ ਜ਼ਰੂਰ ਜਾਣਨਾ ਚਾਹੁੰਦੀ ਹਾਂ ਵੀ ਜੇ ਆਪਾਂ ਗੱਲ ਕਰੀਏ ਗੁਰਦੇਵ ਸਿੰਘ ਦੀ ਦੇਬੀ ਮਖਸੂਸਪੁਰੀ ਬਣਨ ਤੇ, ਤਾਂ ਉਹਦਾ ਸਭ ਤੋਂ ਵੱਡਾ ਤਾਂ ਚਲੋ ਉਹਦੇ 'ਚ ਯੋਗਦਾਨ ਤੁਹਾਡਾ ਆਪਣਾ, ਤੁਹਾਡੀਆਂ ਕਿਤਾਬਾਂ ਦਾ ਹੈ, ਤੁਹਾਡੇ ਜਿਹੜੇ ਗੁਰੂ ਜੀ ਨੇ ਉਹਨਾਂ ਦਾ ਹੈ, ਜਿਨ੍ਹਾਂ ਦੀ ਤੁਸੀਂ ਸੰਗਤ ਕਰਦੇ ਰਹੇ ਉਹਨਾਂ ਦਾ ਹੈ, ਪਰ ਜੇ ਘਰੇਲੂ ਮਾਹੌਲ ਦੀ ਗੱਲ ਕਰੀਏ ਤਾਂ ਘਰ ਦੇ ਵਿੱਚੋਂ ਤੁਸੀਂ ਕੀ ਮੰਨਦੇ ਹੋ ਕਿ ਸਭ ਤੋਂ ਵੱਡਾ ਯੋਗਦਾਨ ਕਿਹਦਾ ਰਿਹਾ ਤੁਹਾਨੂੰ ਇੱਥੋਂ ਤਾਈਂ ਪਹੁੰਚਾਉਣ ਦੇ ਵਿੱਚ? ਆਈ ਥਿੰਕ ਉਹ ਤਾਂ ਸਾਰਿਆਂ ਦਾ
ਰਿਹਾ ਸ਼ੁਰੂ ਜਦੋਂ ਗਾਣੇ ਲਿਖਣੇ ਸ਼ੁਰੂ ਕੀਤੇ ਮਾਤਾ ਪਿਤਾ ਵੀ ਸੀਗੇ ਹੈ ਨਾ ਹਯਾਤੀ 'ਚ ਅਤੇ ਯੂਪੀ ਸਾਡਾ ਫਾਰਮ ਸੀਗਾ ਉੱਥੇ ਵੀ ਚਲ ਗਿਆ ਮੈਂ ਅਤੇ ਉਹਨਾਂ ਸਾਰਿਆਂ ਨੂੰ ਬੜੇ ਉਹਨੂੰ ਚੰਗਾ ਫੀਲ ਹੋਇਆ ਵੱਡੇ ਭਾਈ ਸਾਹਿਬ ਮੇਰੇ ਅਮਰਿੰਦਰ ਸਿੰਘ ਹੁਣ ਉਹ ਵੀ ਯੂ ਐੱਸ ਰਹਿੰਦੇ ਅੱਜ ਕੱਲ੍ਹ ਅਤੇ ਉਹਨਾਂ ਨੂੰ ਬੜਾ ਸ਼ੌਕ ਸੀਗਾ ਮਤਲਬ ਉਹਨੂੰ ਕਹਿਣਾ ਵੀ ਯਾਰ ਜੇ ਕਿਤੇ ਮੈਂ ਉਹਦੇ ਕੋਲ ਪੜ੍ਹਦਾ ਕੁਝ ਲਿਖਦਾ ਉਹਨੂੰ ਵੀ ਕਹਿਣਾ ਚੱਲ ਵੀ ਚੱਲ ਗੰਨੇ ਦੀ ਟਰਾਲੀ ਮੈਂ ਹੀ ਸਿੱਟਿਆ ਉਹਨੂੰ ਜਾ ਕੇ ਮਿਲਦੇ ਹਾਂ ਵੀ ਬੰਦਾ ਕੁਛ ਕਰਦਾ ਹੈ ਨਾ ਅਤੇ ਮਾਤਾ ਪਿਤਾ ਨੂੰ ਭੈਣਾਂ ਨੂੰ ਸਾਰਿਆਂ ਨੂੰ ਹੈ ਨਾ ਸੀਗਾ ਚਾਹ ਅਤੇ ਫਿਰ ਜੀਵਨ ਸਾਥਣ ਜੀ ਮੈਡਮ ਪ੍ਰਭਦਿਆਲ ਵਾਈਫ ਮੇਰੇ ਅਤੇ ਉਹਨਾਂ ਦਾ ਇੱਕ ਬਹੁਤ ਹਕੀਕਤ ਵਿੱਚ ਹੈ ਕਿ ਆਪਾਂ ਸਮਝ ਸਕਦੇ ਹਾਂ ਕਬੀਲਦਾਰ ਬੰਦੇ ਸਾਰੇ ਵੀ ਜਦੋਂ ਘਰ ਦੀ ਗ੍ਰਿਸ ਦੀ ਗੱਡੀ ਆਪਾਂ ਚਲਾਉਣੀ ਹੈ ਨਾ ਅਤੇ ਜਿਹੜਾ ਇੱਕ ਬੰਦਾ ਮੇਰੇ ਵਰਗਾ ਨਫਿਕਰਾ ਜਿਹਾ ਜਿਹਨੂੰ ਕੁਛ ਪਤਾ ਵੀ ਨਹੀਂ ਬਹੁਤਾ ਹੈ ਨਾ ਅਤੇ ਮੇਰੇ ਇੱਕ ਸ਼ੇਰ ਵੀ ਸੀ ਪਿੱਛੇ ਇੱਕ ਰਚਨਾ ਗਾਈ ਸੀ ਸ਼ਾਇਦ ਪਿਛਲੇ ਵਿੱਚ ਕਿ ਮੁੱਦਤ ਬੀਤੀ ਇੱਕ ਦੂਜੇ ਨਾਲ ਰੁੱਸਿਆਂ ਨੂੰ ਕੋਈ ਦਰਦੀ ਸੁਲਾਹ ਕਰਾਉਣ ਨਹੀਂ ਆਇਆ ਨੰਗੇ ਖੁੱਲ੍ਹੇ ਜ਼ਖਮ ਸੀ ਅੰਤ ਨਾਸੂਰ ਹੋਏ ਲਾਉਣੇ ਵਾਲਾ ਮਲਮਾ ਲਾਉਣ ਨਹੀਂ ਆਇਆ ਸਾਡੇ ਦਿਲ ਦੇ ਵਿਹੜੇ ਸੱਥਰ ਵਿਛਿਆ ਗੂੰਜਦੀਆਂ ਸ਼ਹਿਨਾਈਆਂ ਆਪਾਂ ਕੀ ਕਰੀਏ ਸਾਡੀ ਖੇਤੀ ਲੋਆਂ ਦੇ ਨਾਲ ਝੁਲਸ ਗਈ ਸਾਡੇ ਭਾਂ ਦਾ ਕਿਧਰੇ ਸੌਣ ਨਹੀਂ ਆਇਆ ਇਹਦਾ ਆਖਰੀ ਸ਼ੇਰ ਹੈ ਕਿ ਦੁਨੀਆਂਦਾਰੀ ਬਾਰੇ ਕੁਝ ਵੀ ਪਤਾ ਨਹੀਂ ਦੁਨੀਆਂਦਾਰੀ ਬਾਰੇ ਕੁਝ ਵੀ ਪਤਾ ਨਹੀਂ ਮੰਨਿਆ ਕਾਰੋਬਾਰ 'ਚ ਦੇਬੀ ਫੇਲ ਹਾਂ ਮੈਂ ਨਾਮ ਦੁਆਵਾਂ ਨੇਕੀਆਂ ਯਾਰ ਕਮਾਉਣੇ ਨੇ ਮੈਂ ਦੁਨੀਆਂ ਵਿੱਚ ਨੋਟ ਕਮਾਉਣ ਨਹੀਂ ਆਇਆ ਮੇਰੇ ਵਰਗੇ ਬੰਦੇ ਦਾ ਮਤਲਬ ਜਿਹੜਾ ਜਿਹਨੂੰ ਕੋਈ ਇੱਡੇ ਜ਼ਿੰਮੇਵਾਰੀ ਦਾ ਪਤਾ ਨਹੀਂ ਅਤੇ ਉਹਦੇ ਲਈ ਫਿਰ ਸਾਡੀ ਜਿਹੜੀ ਜੀਵਨ ਸਾਥਣ ਹੈ ਉਹਦਾ ਉਹ ਮਤਲਬ ਜਿੱਦਾਂ ਇੱਕ ਬਿੰਡੀ ਸ਼ਬਦ ਦੁਆਬੇ 'ਚ ਬਿੰਡੀ ਜੁੜ ਜਾਣਾ ਨਾ ਉਹ ਵਿਚਾਰੀ ਜੁੜੀ ਹੋਈ ਹੈ ਘਰ ਗ੍ਰਹਿਸਤੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸਾਰਾ ਕੁਛ ਮੈਨੂੰ ਕੋਈ ਫਿਕਰ ਨਹੀਂ ਮਤਲਬ ਸਾਰਾ ਕੁਛ ਕੋਈ ਮਤਲਬ ਕੋਈ ਕੰਮ ਆ ਬੈਂਕ ਦਾ ਕੀ ਕਰ ਕਿਸ਼ਤ ਉਹ ਸਾਰਾ ਉਹ ਕਰਦੇ ਹਨ ਅਤੇ ਉਹ ਇਹ ਉਹਨਾਂ ਦੀ ਸਪੋਰਟ ਨਾ ਹੁੰਦੀ ਔਰ ਸਭ ਤੋਂ ਮੈਂ ਹਮੇਸ਼ਾ ਹੀ ਸ਼ੁਰੂ 'ਚ ਮੈਂ ਇੱਕ ਵਾਰ ਇਸ ਤਰ੍ਹਾਂ ਜ਼ਿਕਰ ਉਹਨਾਂ ਦਾ ਕੀਤਾ ਤਾਂ ਬੀਜੀ ਹੋਣੀ ਲੁਧਿਆਣੇ ਨਾ ਪਤ ਸਾਹਿਬ ਉਹ ਬੀਜੀ ਕਹਿੰਦੇ ਪਿਰਾਣੋ ਕਹਿੰਦੇ ਮੈਨੂੰ ਬੜੀ ਖੁਸ਼ੀ ਹੋਈ ਅਤੇ ਤੇਰਾ ਜ਼ਿਕਰ ਕੀਤਾ ਦੇਵੀ ਨੇ ਉਹ ਕਹਿੰਦੇ ਕਲਾਕਾਰ ਲੋਕ ਘਰ ਵਾਲੀ ਦਾ ਜ਼ਿਕਰ ਘੱਟ ਹੀ ਕਰਦੇ ਹੁੰਦੇ ਆ ਕਹਿੰਦੇ ਮੈਨੂੰ ਬੜਾ ਚੰਗਾ ਲੱਗਾ ਤੇਰੀ ਸਿਫਤ ਕੀਤੀ ਮਾਝ ਘਰ ਬੀਜੀ ਰੋਟੀ ਵੀ ਖਾਣੀ ਹੁੰਦੀ ਆ ਕਹਿੰਦੇ ਅਤੇ ਉਹ ਇਸ ਤਰ੍ਹਾਂ ਜੀ ਫਿਰ ਮਤਲਬ ਉਹ ਸਾਰਾ ਕੁਛ ਹੈਂਡਲ ਕਰੀ ਜਾਂਦੇ ਹੈ ਨਾ ਜੀ ਅਤੇ ਉਹ ਨਹੀਂ ਤਾਂ ਜਿੱਦਾਂ ਮੈਂ ਟੈਕਸੀ ਚਲਾਉਂਦਾ ਸੀ ਜਾਂ ਬਾਕੀ ਸਾਰੇ ਦੋ $300 ਬਣਾਉਂਦੇ ਸੀ ਮੈਂ 50-60 ਬਣਾ ਕੇ ਜਾਂਦਾ ਹੁਣ ਨਹੀਂ ਤਾਂ ਅਗਲੀ ਭਜਾਉਣ ਦੀ ਕਰੋ ਚੱਲ ਭੱਜ ਤੇਰੇ ਗਾਣੇ ਨੂੰ ਆਪਾਂ ਕੀ ਕਰਨਾ ਸੋ ਉਹ ਨਹੀਂ ਉਹ ਸਬਰ ਰੱਖਿਆ ਜੀ ਅਤੇ ਉਹਨਾਂ ਫਿਰ ਮਾੜਾ ਮੋਟਾ ਜੱਜ ਦਾ ਵਿਚਾਰ ਬਾਈ ਜੀ ਤੁਹਾਡਾ ਨਾਂ ਤਾਂ ਦੁਨੀਆਂ ਦੇ ਵਿੱਚ ਸਾਰੇ ਹੀ ਜਾਣਦੇ ਆ ਪਰ ਮਨਮੋਹਨ ਵਾਰਸ ਹੋਰਾਂ ਨੇ ਤੁਹਾਡੇ ਗੀਤਾਂ ਨੂੰ ਬੜੀ ਸ਼ਿੱਦਤ ਦੇ ਨਾਲ ਗਾਇਆ ਜੀ ਇੱਕ ਇਹੋ ਜਿਹਾ ਪ੍ਰਭਾਵ ਬਣ ਗਿਆ ਸੀ ਜੀ ਤੇ ਹੈ ਵੀ ਕਿ ਜੀ ਮਨਮੋਹਨ ਵਾਰਸ ਤੇ ਦੇਬੀ ਮਖਸੂਸਪੁਰੀ ਇੱਕ ਦੂਜੇ ਦੇ ਪੂਰਕ ਆ ਦੇਬੀ ਮਨਮੋਹਨ ਲਈ ਲਿਖਦਾ ਤੇ ਮਨਮੋਹਨ ਵਾਰਸ ਦੇਬੀ ਦੇ ਗਾਉਂਦਾ ਇੱਦਾਂ ਫਿਰ ਵਿੱਚ ਵਿਚਾਲੇ ਖਬਰਾਂ ਕਈ ਕਿਸਮ ਦੀਆਂ ਆਈਆਂ ਸੋਸ਼ਲ ਮੀਡੀਆ ਦੇ ਉੱਤੇ ਵੀ ਆਈਆਂ ਪਤਾ ਨਹੀਂ ਉਹ ਲੋਕਾਂ ਨੇ ਐਵੇਂ ਪੜੁੱਲ ਬਣਾਤੇ ਜਾਂ ਸੱਚਾਈ ਸੀ ਤਾਂ ਤੁਸੀਂ ਦੱਸੋਗੇ ਬਈ ਉਹ ਗੱਲ ਨਹੀਂ ਰਹੀ ਰਿਸ਼ਤੇ ਦੇ ਵਿੱਚ ਉਹ ਗੱਲ ਆ ਨਾ ਜਿਹੜੀ ਉਹ ਮੈਨੂੰ ਕਈ ਵਾਰ ਚੁਭਦੀ ਆ ਮੈਂ ਇਹਨੂੰ ਕੌਮਿਆਂ ਦੇ ਵਿੱਚ ਰੱਖ ਲੈਂਦਾ ਜੀ 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 ਜਦੋਂ ਅਸੀਂ ਵਾਰਸ ਬਾਈ ਦੇ ਨਾਲ ਗੱਲ ਕਰਦੇ ਹਾਂ ਤੁਹਾਡੀਆਂ ਸਿਫਤਾਂ ਬਹੁਤ ਕਰਦੇ ਆ ਸੱਚੀ ਗੱਲ ਪਰ ਤੁਹਾਡੇ ਮਨ ਦੇ ਕੀ ਵਲਵਲੇ ਆ ਕਿਉਂਕਿ ਲੋਕ ਐਵੇਂ ਕਹਿ ਜਾਂਦੇ ਆ ਸੋਸ਼ਲ ਮੀਡੀਆ ਦੇ ਉੱਤੇ ਜਾਂ ਵਿਚਲੀ ਕੋਈ ਗੱਲ ਹੈ ਨਹੀਂ ਉਹ ਜਿਹੜਾ ਪੜੋਲ ਸ਼ਬਦ ਤੁਸੀਂ ਵਰਤਿਆ ਨਾ ਉਹ ਪੜੋਲੇ ਹੀ ਬਣ ਦਿੰਦੇ ਆ ਉਹ 'ਚ ਕੋਈ ਵਜ੍ਹਾ ਨਹੀਂ ਕੋਈ ਹੁੰਦੀ ਉਹ ਐਡੀ ਖਾਸ ਗੱਲ ਨਹੀਂ ਹੈ ਵੀ ਨਹੀਂ ਅਤੇ ਉਹ ਅਸੀਂ ਐਕਚੁਅਲੀ ਉਦੋਂ ਜਿਹੜੇ 8-10 ਸਾਲ ਕੰਮ ਕੀਤਾ ਅਸੀਂ ਇਕੱਠਿਆਂ ਨੇ ਕੀਤਾ ਜੀ ਇੱਕ ਟੀਮ ਦੇ ਤੌਰ 'ਤੇ ਉਹ ਮੇਰੇ ਲਈ ਮਿਊਜ਼ਿਕ ਕਰਦੇ ਸੀਗੇ ਅਤੇ ਮੈਂ ਜੋ 2-4 ਗਾਣੇ ਜਿੰਨੇ ਕੁ ਲਿਖ ਸਕਦਾ ਸੀ ਮੇਰੇ ਇੱਕ ਸਵਰਨ ਮੇਰੇ ਪਹਿਲਾਂ ਤੋਂ ਪ੍ਰੋਬਲਮ ਰਹੀ ਆ ਮੇਰੇ ਪੁਰਾਣੇ ਮਿੱਤਰ ਜਾਣਦੇ ਮੈਂ ਲਿਖਿਆ ਬਹੁਤ ਘੱਟ ਹੈ ਸਭ ਤੋਂ ਘੱਟ ਮੈਂ ਲਿਖਿਆ ਪੰਜਾਬ 'ਚ ਸਮਕਾਲੀਆਂ ਤੋਂ ਜਿੱਦਾਂ ਬਹੁਤ ਕਿਤੇ ਹਾੜੀ ਸੋਣੀ ਆਪਣੇ ਜ਼ਿਮੀਦਾਰ ਭਾਸ਼ਾ 'ਚ ਨਾ ਵੀ ਕਿਤੇ ਲਿਖਿਆ ਗਿਆ ਨਹੀਂ ਮੈਂ ਨਿੱਠ ਕੇ ਜਦੋਂ ਲਗਾਤਾਰ ਲਿਖਣਾ ਚਾਹੀਦਾ ਹੁਣ ਵੀ ਕਈ ਵਾਰ ਮੈਂ ਆਪਣੇ ਆਪ ਨੂੰ ਸ਼ਿਕਾਇਤ ਕਰਦਾ ਪਰ ਉਹ ਮੈਂ ਸਲੂਸ਼ਨ ਮੇਰੇ ਤੋਂ ਨਿਕਲਿਆ ਨਹੀਂ ਜਾਂ ਮੈਂ ਉਨਾ ਉੱਦਮੀ ਹੋ ਨਹੀਂ ਸਕਿਆ ਲੇਜ਼ੀ ਹਾਂ ਬਹੁਤ ਲਿਖਣ ਨੂੰ ਬਹੁਤ ਘੱਟ ਲਿਖਿਆ ਹੁਣ ਆਪਣੇ ਜੋਗਾ ਲਿਖਣ ਨੂੰ ਫਿਕਰ ਰਹਿੰਦਾ ਸੀ ਯਾਰ ਲਾਈਵ ਕਰਨੀ ਆ ਹੁਣ ਗਾਹਾਂ ਕਰਨਾ ਕੁਛ ਨਵਾਂ ਕੀ ਲਿਖਿਆ ਜਾਵੇ ਹੈ ਨਾ ਅਤੇ ਫਿਰ ਤੁਸੀਂ ਲਗਾਤਾਰ ਕੰਮ ਕਰੇ ਜੇ ਬਾਕੀ ਆਰਟਿਸਟ ਨਾਲ ਕੰਮ ਕਰਦੇ ਤੁਹਾਨੂੰ ਫਿਰ ਜ਼ਿਆਦਾ ਲਿਖਣਾ ਚਾਹੀਦਾ ਮੇਰੇ ਹਿਸਾਬ ਨਾਲ ਲਿਖਣਾ ਪੈਂਦਾ ਲਿਖਦੇ ਆ ਲੋਕ ਪਰ ਮੇਰੇ ਤੋਂ ਨਹੀਂ ਲਿਖਿਆ ਗਿਆ ਵੀ ਉਹ ਜਿੰਨਾ ਚਿਰ ਸੀ ਵੀ ਉਹ ਸੀਗਾ ਇੱਕ ਸਾਡੀ ਉਹਨੂੰ ਡੀਲ ਕਹਿ ਲਓ ਜਾਂ ਇੱਕ ਪਿਆਰ ਪਰਸਪਰ ਇਹ ਸਾਂਝ ਸੀ ਵੀ ਹਾਂ ਵੀ ਯਾਰ ਅਤੇ ਮੈਨੂੰ ਉਹ ਕੁਛ ਮੈਂ ਉਹਨਾਂ ਦਾ ਮਿਊਜ਼ਿਕ ਮੇਰੇ ਲਈ ਉਹ ਕਰਦੇ ਮੇਰੇ ਤੋਂ ਕੋਈ ਪੈਸਾ ਨਹੀਂ ਲੈਂਦੇ ਤਾਂ ਮੈਂ ਉਹਨਾਂ ਲਈ ਗਾਣੇ ਲਿਖਦਾ ਸਾਡੀ ਕੋਈ ਮਤਲਬ ਕੋਈ ਪੈਸਿਆਂ ਵਾਲੀ ਗੱਲ ਨਹੀਂ ਸੀ ਹੈ ਨਾ ਅੰਡਰਸਟੈਂਡਿੰਗ ਸੀ ਫਿਰ ਜਦੋਂ ਗਾਉਣਾ ਕਮਲ ਲਈ ਸ਼ੁਰੂ ਕੀਤਾ ਇੱਕ ਰੇਸ਼ਮ ਭਾਅ ਜੀ ਰੇਸ਼ਮ ਸੁਣ ਸਾਡੇ ਮਿੱਤਰ ਹੁੰਦੇ ਸੀ ਉਹ ਵੀ ਗਾਉਂਦੇ ਹੁੰਦੇ ਸੀਗੇ ਨਾ ਫਿਰ ਉਹ ਸੰਤਾਰ ਇਕੱਲਾ ਹੀ ਕੰਮ ਕਰਦਾ ਸੀਗਾ ਉਹਦੇ ਨਾਲ ਹੈਲਪਿੰਗ ਹੈਡ ਨਹੀਂ ਸੀ ਉਹਨਾਂ ਇਕੱਲੇ ਨੇ ਫਿਰ ਹੁਣ ਵੀ ਮੈਂ ਕਹਿੰਦਾ ਮੇਰੀ ਟੇਪ ਪਹਿਲਾਂ ਆ ਜਾਵੇ ਮਨਮੋਹਨ ਦੀ ਵੀ ਆ ਜਾਵੇ ਕਮਲ ਦੀ ਵੀ ਆ ਜਾਵੇ ਰੇਸ਼ਮ ਦੀ ਵੀ ਆ ਜਾਵੇ ਹੈ ਨਾ ਫਿਰ ਮੈਂ ਮਨਮੋਹਨ ਭਾਅ ਨੂੰ ਕਿਹਾ ਸੀ ਮੈਂ ਯਾਰ ਮੈਂ ਜੇ ਤੁਸੀਂ ਨਹੀਂ ਮਾਇੰਡ ਕਰਦੇ ਮੈਂ ਆਪਣਾ ਸੈਪਰੇਟ ਕੰਮ ਕਿਤੇ ਉੱਧਰ ਕਰ ਲੈਂਦਾ ਵੀ ਮੈਨੂੰ ਕਹਿਣਾ ਚੰਗਾ ਨਹੀਂ ਲੱਗਦਾ ਸੰਤਾਰ ਨੂੰ ਵੀ ਤੂੰ ਪ੍ਰੈਸ਼ਰ ਪਾ ਕੇ ਯਾਰ ਵੀ ਪਹਿਲਾਂ ਮੇਰੇ ਗਾਣੇ ਬਣਾ ਕੇ ਦੇ ਉਹ ਕਹਿੰਦਾ ਠੀਕ ਹੈ ਭਾਅ ਜੀ ਤੁਹਾਨੂੰ ਵੀ ਸਾਨੂੰ ਕੋਈ ਮਾਇੰਡ ਨਹੀਂ ਜੇ ਅਸੀਂ ਉੱਦਾਂ ਜੋ ਤੁਹਾਨੂੰ ਵਧੀਆ ਲੱਗਦਾ
ਤਾਂ ਇਸ ਤਰ੍ਹਾਂ ਮਤਲਬ ਅਸੀਂ ਕਰ ਲਿਆ ਸੀ। ਅੱਛਾ ਹਾਂ, ਅਤੇ ਉਹ ਫਿਰ ਇਸ ਤਰ੍ਹਾਂ ਕੁਦਰਤੀ, ਫਿਰ ਮੇਰਾ ਉਨਾ ਕੁ ਉਹਨਾਂ ਨੂੰ ਪਤਾ ਵੀ ਮੈਂ ਲਿਖਦਾ ਬਹੁਤ ਘੱਟ ਹੈ, ਅਤੇ ਰਿਸ਼ਤੇ ਦੇ ਵਿੱਚ ਕੁੜੱਤਣ ਵਾਲੀ ਕੋਈ ਗੱਲ ਨਹੀਂ, ਉੱਦਾਂ ਦਾ ਕੋਈ ਚੱਕਰ ਨਹੀਂ, ਤਾਂ ਉਹ ਵੀ ਮਿਲਦੇ ਜੁਲਦੇ ਹਾਂ ਇੱਥੇ ਵੀ, ਕੈਨੇਡਾ ਵੀ, ਜਦੋਂ ਕੋਈ ਸਾਂਝੇ ਫੰਕਸ਼ਨ ਹੁੰਦੇ ਆ ਤਾਂ ਅਕਸਰ ਇਕੱਠੇ ਹੁੰਦੇ ਹਾਂ। ਬਸ ਫਿਰ ਮੈਂ ਇਹੀ ਗੱਲ ਹੈ ਨਾ ਵਿੱਚੋਂ ਕਢਾਉਣੀ ਸੀ ਵੀ ਸਾਰੇ ਝਾਵੇਂ ਹੀ ਆ ਜਿਹੜੇ ਐਵੇਂ ਕਹਿ ਦਿੰਦੇ ਹਾਂ। ਅੱਛਾ, ਜੈਨੂ ਕਰਨਾ ਉਹ ਤਾਂ ਮੈਂ ਪਿਛਲੇ ਸਾਲ ਤੇ ਬਿੰਦੀ ਆ ਸਾਲ ਦੀ ਗੱਲ ਹੈ, ਉਹਨੇ ਮੈਨੂੰ ਉਹਨਾਂ ਦੇ ਭਾਣਜੇ ਦਾ ਵਿਆਹ ਸੀਗਾ ਉੱਥੇ ਕੈਨੇਡਾ, ਪੰਜ ਫੰਕਸ਼ਨ ਸੀ, ਅਸੀਂ ਪੰਜ ਦਿਨ ਇਕੱਠੇ ਰਹੇ ਮੈਨੂੰ ਲੱਗਦਾ ਜੀ, ਹਨਾ, ਤਾਂ ਉਹ ਬਿੰਦਾ ਵੀਰ ਬਿੰਦਾ ਫੌਜੀ ਸਾਂਝਾ ਮਿੱਤਰ ਆ, ਤਾਂ ਉਹ ਵੀ ਗੱਲ ਸੁਣਾ ਵੀ ਕਹਿੰਦੇ ਮੈਨੂੰ ਮੂੰਹ ਪਾਸੇ ਲੈ ਗਿਆ ਪਾਰਟੀ, ਕਹਿੰਦਾ ਯਾਰ ਹੁਣ ਆਹ ਗੱਲਾਂ ਲੋਕਾਂ ਨੂੰ ਕਿੱਦਾਂ ਦੱਸੀਏ। ਸਹੀ ਗੱਲ, ਉਹ ਕਹਿੰਦਾ ਗਾਣੇ ਦੀ ਗੱਲ ਕਰੀ ਜਾਂਦੇ ਉਹਨਾਂ ਦੇ, ਇਹਨੂੰ ਦੱਸੀ ਅਸੀਂ ਚਾਰ ਪੰਜ ਦਿਨ ਤੋਂ ਇਕੱਠੇ ਹਾਂ ਬਾਜੀ, ਆ ਸਾਰੇ ਸਾਰੀ ਫੈਮਿਲੀ ਹੈ ਨਾ ਇਕੱਠੇ ਹਾਂ, ਕੋਈ ਮਸਲਾ ਨਹੀਂ ਇੱਦਾਂ ਦਾ ਜੀ। ਪਰ ਉਹ ਕੰਮ ਦਾ ਕਿੱਦਾਂ ਹੈਗਾ, ਮੇਰੇ ਤੋਂ ਨਹੀਂ ਉਨਾ ਲਿਖਿਆ ਜਾਂਦਾ ਜਾਂ ਪਹਿਲਾਂ ਤੋਂ ਸੀਗਾ, ਹੁਣ ਤਾਂ ਬਿਲਕੁਲ ਹੀ ਹੋਰ ਜ਼ਿੰਮੇਵਾਰੀਆਂ ਵਧ ਜਾਣੀਆਂ, ਹੋਰ ਟੈਨਸ਼ਨਾਂ ਜਿਹੜੀਆਂ ਆਪਣੀ ਗਾਇਕੀ ਦੇ ਨੱਠ ਭਜਾਈਆਂ ਤੁਹਾਨੂੰ ਪਤਾ ਦੌੜ ਭਜਾਈਆਂ ਕਿੰਨੀਆਂ ਕਰਨੀਆਂ ਪੈਂਦੀਆਂ, ਤਾਂ ਮੇਰਾ ਉਹ ਬਸ ਉਹ ਕਿਤੇ ਕਿਤੇ ਬੱਤੀ ਜਗਦੀ ਤਾਂ ਲਿਖ ਲਿਆ ਨਾ, ਤੇ ਉਦਾਂ ਕੋਈ ਸਮੱਸਿਆ ਨਹੀਂ, ਉਦਾਂ ਮਿਲਦੇ ਜੁਲਦੇ ਉਦਾਂ ਪਿਆਰ ਹੈ ਕੋਈ। ਦੇਖੋ ਨਾ ਕਮਾਲ ਦੀ ਗੱਲ ਇਹ ਹੈ ਬਈ, ਦੇਬੀ ਬਾਈ ਕਹਿੰਦੇ ਵੀ ਸਾਡੀ ਕੋਈ ਸਮੱਸਿਆ ਨਹੀਂ ਉਹਨਾਂ ਨਾਲ, ਉਹ ਕਹਿੰਦੇ ਸਾਡੀ ਨਹੀਂ ਕੋਈ ਸਮੱਸਿਆ, ਤੇ ਮੇਰੇ ਵਰਗਾ ਵੀ ਕਹੀ ਜਾਂਦਾ ਇਹਨਾਂ ਦੀ ਸਮੱਸਿਆ, ਉਹ ਵੀ ਲਿਖ ਲਿਖ ਕੇ ਹਨਾ, ਉਹ ਵੀ ਨਾਲ ਚਾਰ ਬੰਦੇ ਹੋਰ ਟੈਗ ਕਰਕੇ ਤੇ ਫੇਰ ਲਿਖ ਲਿਖ ਕੇ। ਹਾਂਜੀ, ਫਿਰ ਉਹ ਮੈਂ ਕਿਹਾ ਚੱਲ ਹੁਣ ਯਾਰ ਜੇ ਇਹਨਾਂ ਨੂੰ ਇਦਾਂ ਕਹਿ ਕੇ ਚੰਗਾ ਲੱਗਦਾ ਕੋਈ ਨੀ, ਤੁਸੀਂ ਆਪਣਾ ਨਜ਼ਾਰਾ ਲਈ ਜਾਓ, ਪਰ ਉਦਾਂ ਕੋਈ ਮਸਲਾ ਨਹੀਂ, ਜਾਂ ਇਦਾਂ ਕੋਈ ਲੜਾਈ ਨਹੀਂ, ਜਾਂ ਕੋਈ ਮਤਭੇਦ ਨਹੀਂ ਹੈਗਾ ਜੀ। ਬਸ ਕੰਮ ਨਹੀਂ, ਮਤਲਬ ਕੰਮ ਉਦੋਂ ਅੱਡ ਕਰ ਲਿਆ, ਬਹੁਤ ਸਾਲ ਹੋ ਗਿਆ ਕੰਮ ਨਹੀਂ ਇਕੱਠਿਆਂ ਨੇ ਕੀਤਾ, ਬਾਕੀ ਉਸ ਨਾਲ ਮਿਲਦੇ ਜੁਲਦੇ। ਜੇ ਆਪਾਂ ਗੱਲ ਕਰੀਏ ਗੀਤਾਂ ਦੀ ਦੁਬਾਰਾ ਤੋਂ, ਤਾਂ ਗੀਤਕਾਰੀ ਦੀ ਜੇ ਗੱਲ ਕੀਤੀ ਜਾਏ ਤਾਂ ਇੰਨਾ ਲੰਬਾ ਸਫ਼ਰ, ਇੰਨੇ ਸਾਰੇ ਢੇਰਾਂ ਗੀਤ ਤੁਸੀਂ ਲਿਖੇ, ਪਰ ਇੱਕ ਗੀਤ ਕੋਈ ਐਸਾ ਹੁੰਦਾ ਜਿਹੜਾ ਬੰਦੇ ਨੂੰ ਹਮੇਸ਼ਾ ਲੱਗਦਾ ਵੀ ਇਹ ਮੇਰੇ ਮਨ ਦੇ ਨੇੜੇ, ਤੇ ਇਹਦੇ ਤੋਂ ਉੱਤੇ ਨਹੀਂ ਮੇਰੇ ਤੋਂ ਕੁਛ ਵੀ ਲਿਖ ਹੋਇਆ, ਵੀ ਇਹ ਜੋ ਹੈ ਨਾ ਇਹ ਤਾਂ ਮਤਲਬ ਜਿਹਨੂੰ ਆਪਾਂ ਅੰਗਰੇਜ਼ੀ 'ਚ ਅਲਟੀਮੇਟ ਕਹਿ ਦਿੰਦੇ ਹਾਂ, ਵੀ ਇਹ ਤਾਂ ਬਸ ਸਿਰਾ ਹੀ ਸੀ, ਇਹੋ ਜਿਹਾ ਕੋਈ ਕੀ ਜਿਹੜਾ ਤੁਹਾਡੇ ਮਨ ਦੇ ਨੇੜੇ। ਮੈਂ ਇੱਕ ਫਰਮਾਇਸ਼ ਵੀ ਕਰ ਦਿੰਦਾ, ਮੈਂ ਕਦੇ ਕਦੇ ਪਾ ਲੈਣਾ ਉਹਦੇ ਹੱਥ ਦਾ ਸਵੈਟਰ ਬੁਣਿਆ, ਹਾਏ ਹਾਏ, ਮੈਂ ਪਹਿਲਾਂ ਉਹ ਪੂਰੀ ਕਰ ਦਿੰਦਾ ਜੀ, ਪਹਿਲਾਂ ਉਹ ਪੂਰੀ ਕਰ। ਮੈਂ ਥੋੜੇ ਦਿਨ ਪਹਿਲਾਂ ਇੱਕ ਜਲੰਧਰ ਵਿਆਹ ਦਾ ਪ੍ਰੋਗਰਾਮ ਸੀਗਾ, ਉਹ ਵਿਆਹਦੜ ਆਪਣੀ ਬਹੂ ਨੂੰ ਲੈ ਕੇ ਆ ਗਿਆ, ਕਹਿੰਦੇ ਤਿੰਨ ਗਾਣੇ ਤੁਸੀਂ ਗਾਉਣੇ ਆ, ਉਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ, ਤੇ ਮਿੱਤਰਾਂ ਦੀ ਆਵਾਜ਼ ਕਰੀ ਜਿਹੜੇ ਮੁਰਗੇ ਬਾਈ, ਮੈਂ ਆਪਣੀ ਬਹੂ ਦੇ ਨਾਲ ਕੋਲ ਖੜ ਕੇ ਸੁਣਨੇ ਆ, ਮੈਂ ਕਿਹਾ ਜਦੋਂ ਦੂਰ ਬਹਿ ਕੇ ਸੁਣਨ ਵਾਲੇ ਹੁੰਦੇ ਖਿਡਾਰੀ ਵਾਲਾ ਕੰਮ ਆ, ਮਾਲਕ ਆਪਕਾ ਬਲਾ ਕਰੇ, ਕਹਿੰਦਾ ਨੀ ਮੇਰੇ ਫੇਵਰੇਟ ਆ, ਮੈਂ ਇਦਾਂ ਸਟੇਜ ਤੇ ਖੜ ਕੇ ਸੁਣਨੀ, ਤੁਸੀਂ ਗਾਓ, ਠੀਕ ਹੈ ਜੀ ਗੱਲ ਮੈਂ। ਤੇ ਉਹ ਮੈਂ ਉਹ ਤੁਹਾਨੂੰ ਆਖਰੀ ਅੰਤਰ ਸੁਣਾਉਣਾ ਜੀ, ਮੈਂ ਕਦੇ ਕਦੇ ਪਾ ਲੈਣਾ ਉਹਦੇ ਹੱਥ ਦਾ ਸਵੈਟਰ ਬੁਣਿਆ, ਮੈਂ ਕਦੇ ਕਦੇ ਪਾ ਲੈਣਾ ਉਹਦੇ ਹੱਥ ਦਾ ਸਵੈਟਰ ਬੁਣਿਆ, ਮੇਰੇ ਦਿਲ ਤੋਂ ਮਿਟ ਨਹੀਂ ਸਕਦਾ ਨਾ ਉਹਦਾ ਡੂੰਘਾ ਖੁਣਿਆ, ਮੇਰੇ ਛੱਲੇ ਦਾ ਕੀ ਬਣਿਆ, ਮੇਰੇ ਛੱਲੇ ਦਾ ਕੀ ਬਣਿਆ, ਰੱਬ ਜਾਣੇ ਜਾਓ ਜਾਣੇ, ਦੇਵੀ ਨੇ ਉਹਦੀ ਮੁੰਦਰੀ ਉਹ ਕਦੇ ਉਂਗਲੀ ਚੋਂ ਨਾ ਲਾਹੀ, ਦਿਲ ਮੇਰਾ ਕਿੰਨਾ ਕਮਲਾ ਹਾਲੇ ਵੀ ਆਖੀ ਜਾਂਦਾ, ਇੱਕ ਵਾਰ ਹੈ ਉੱਥੇ ਜਾਣਾ ਉਹ ਜਿਹੜੇ ਮੁਲਕ ਵਿਆਹੀ। ਵਾਹ ਵਾਹ, ਕੀ ਬਾਤ, ਕੀ ਬਾਤ ਆ, ਬਹੁਤ ਵਧੀਆ, ਕਮਾਲ, ਵਾਹ, ਮਤਲਬ ਇਸ ਤੋਂ ਅੱਗੇ ਤਾਂ ਸ਼ਬਦ ਹੀ ਪਾਉਣੇ ਪੈਣੇ, ਬਿਲਕੁਲ ਸਹੀ ਗੱਲ ਹੈ ਨਾ। ਤੇ ਬਾਈ ਜੀ ਉਹ ਜਿਹੜਾ ਗੀਤ ਪੁੱਛਿਆ ਸੀ ਹਰਮਨ ਜੀ, ਬਿਲਕੁਲ ਹਰਮਨ ਜੀ, ਬਈ ਆ ਸਿਖਰਲਾ ਲਿਖ ਲਿਆ ਜੀ, ਇਸ ਤੋਂ ਬਾਅਦ ਇਹੋ ਜਿਹੀ ਦੁਬਾਰਾ ਉਦਾਂ ਦੀ ਗੱਲ ਮੇਰੇ ਤੋਂ ਨਹੀਂ ਬਣੀ। ਮੈਨੂੰ ਨਾ ਇੱਕ ਗਾਣੇ ਦੁਆਰੇ ਲੱਗਦਾ, ਦੋ ਗਾਣੇ ਮੈਂ ਕਈ ਵਾਰ ਸੋਚਦਾ ਹੁੰਦਾ ਮੇਰੇ ਮਨ ਦੇ ਬਹੁਤ ਜ਼ਿਆਦਾ ਨੇੜੇ ਆ। ਇੱਕ ਗਾਣੇ ਬਾਰੇ ਤਾਂ ਮੈਨੂੰ ਯਾਦ ਹੈ, ਉਦੋਂ ਚਿੱਠੀਆਂ ਦਾ ਰਿਵਾਜ ਹੁੰਦਾ ਸੀਗਾ, ਦਫ਼ਤਰਾਂ 'ਚ ਚਿੱਠੀਆਂ ਆਉਂਦੀਆਂ ਹੁੰਦੀਆਂ ਸੀ ਜੀ ਮੇਲ ਰਾਹੀਂ, ਜਿਹੜੇ ਲੈਟਰ ਹਨਾ, ਤਾਂ ਉਹ ਚਲੋ ਮੈਂ ਸਾਰੀ ਡਾਕ ਘਰ ਮੰਗਾ ਲੈਣੀ ਦਫ਼ਤਰ ਦੇ ਮੁੰਡੇ ਤੋਂ, ਸਾਰੀਆਂ ਚਿੱਠੀਆਂ ਪੜ੍ਹਨੀਆਂ, ਫੇਰ ਜਿਹੜਾ ਬਹੁਤ ਲੱਗਣਾ ਕਿ ਕਿਸੇ ਜਵਾਬ ਆਪ ਲਿਖਦਾ, ਮੈਂ ਚਾਰ ਅੱਖਰ ਮੁੰਡੇ ਕਹਿੰਦਾ ਯਾਰ ਤੂੰ ਮੇਰੇ ਵੱਲੋਂ ਲਿਖ ਕੇ, ਜਾਂ ਫੋਨ ਨੰਬਰ ਉਹਨੂੰ ਫੋਨ ਕਰਕੇ ਥੈਂਕਸ ਕਰ ਦਿਓ, ਉਹਨੂੰ ਬਹੁਤ ਵਧੀਆ ਗੱਲਾਂ। ਇੱਕ ਲੈਕਚਰਾਰ ਸੀਗੇ ਕਿਸੇ ਯੂਨੀਵਰਸਿਟੀ ਤੋਂ, ਉਹਨੂੰ ਚਿੱਠੀ ਆਈ ਸੀ ਬੜੀ ਲੰਬੀ, ਮੈਂ ਬੜਾ ਚਿਰ ਸਾਂਭ ਛੱਡੀ, ਸ਼ਾਇਦ ਅਜੇ ਕਿਤੇ ਪਾਈ ਹੋਵੇ। ਉਹਨੇ ਸਾਰੀ ਚਿੱਠੀ ਉਸ ਗਾਣੇ 'ਤੇ ਸੀ, ਲੋਕੋ ਮੈਂ ਪਾਕ ਮੁਹੱਬਤ ਹਾਂ, ਹੰਸ ਭਾਅ ਜੀ ਨੇ ਕਿਹਾ ਸੀ ਮੈਨੂੰ, ਰਹਿਮਤ ਪੀਰ ਫਕੀਰਾਂ ਦੀ, ਮੈਂ ਮੇਲਾ ਸੱਚੀਆਂ ਰੂਹਾਂ ਦਾ, ਮੈਂ ਨਹੀਂ ਉਹ ਖੇਡ ਸਰੀਰਾਂ ਦੀਆਂ। ਉਹਨੇ ਬੜੇ ਡਿਟੇਲ 'ਚ, ਮੈਂ ਬੜਾ ਪਰੇਸ਼ਾਨ, ਮੈਂ ਯਾਰ ਇੰਨੇ ਪੜ੍ਹੇ ਲਿਖੇ ਬੰਦੇ ਵੀ ਸਾਨੂੰ ਸੁਣਦੇ ਆ, ਉਹਨੂੰ ਚਿੱਠੀ 'ਚ ਤਾਂ ਮੁਕਾ ਕੀਤਾ, ਕਹਿੰਦਾ ਯਾਰ ਛੋਟੇ ਵੀਰ ਮੈਂ ਦੇਖਦਾ ਔਰ ਚੈਲੇਂਜ ਕਰਦਾ, ਮੈਨੂੰ ਲੱਗਦਾ ਤੂੰ ਹੋਣਾ ਨਹੀਂ, ਮੈਂ ਉਸ ਦਿਨ ਦਾ ਇੰਤਜ਼ਾਰ ਕਰਦਾ ਜਦੋਂ ਇਸ ਗਾਣੇ ਨੂੰ ਕ੍ਰੋਸ ਕਰ ਜਾਏਗਾ ਤੂੰ ਕਿਤੇ, ਵਾਹ, ਜੇ ਗਾਣੇ ਤੋਂ ਅੱਗੇ ਲੰਘੇਗਾ ਮੈਂ ਉਹ ਦਿਨ। ਤੁਸੀਂ ਵੀ ਮੰਨਦੇ ਹੋ ਕਿ ਨਹੀਂ ਹੋਇਆ? ਵੀ ਮੈਨੂੰ ਸਵਰਨ ਸੱਚੀ ਲੱਗੀ ਜਾਂਦਾ ਉਹ, ਮਤਲਬ ਵੀ ਮੈਂ ਬੜਾ ਪਰੇਸ਼ਾਨ ਹੋ ਗਿਆ ਚਿੱਠੀ ਪੜ੍ਹ ਕੇ, ਮੈਂ ਯਾਰ ਵੀ ਪਹਿਲਾਂ ਚੰਗਾ ਵੀ ਬਹੁਤ ਲੱਗਿਆ ਨਾ, ਵੀ ਚਿੱਠੀ ਦਾ ਜਵਾਬ ਵੀ ਸ਼ਾਇਦ ਉਹਨਾਂ ਨੇ ਦਿੱਤਾ ਸੀ, ਬੜੇ ਸਾਲ ਹੋ ਗਿਆ ਸੀ ਗੱਲ, 13-14 ਸਾਲ ਹੋ ਗਏ ਮੈਨੂੰ,
ਕਹਿੰਦਾ ਯਾਰ ਮੈਨੂੰ ਨਹੀਂ ਲੱਗਦਾ ਉਹਨੂੰ, ਫਿਰ ਬੜੇ ਡਿਟੇਲ 'ਚ ਗੱਲਾਂ ਲਿਖੀਆਂ ਵੀ ਜਿਹੜੀ ਮੈਨੂੰ, ਮੈਂ ਧਿਆਨ ਨਹੀਂ ਸੀ ਇੱਦਾਂ ਵੀ ਵੀ ਤੇਰੇ 'ਚ, ਕਹਿੰਦਾ ਕਿ ਬੜੇ ਉਹ ਲਿਟਰੇਚਰ ਪੱਖੋਂ ਜਾਂ ਸਾਹਿਤ ਉਹਨੂੰ ਗੱਲਾਂ ਬਾਤਾਂ ਲਿਖੀਆਂ ਬੰਦੇ ਨੇ। ਮੈਂ ਕਿਹਾ ਯਾਰ ਅਸੀਂ ਤਾਂ ਇੰਨਾ ਡਿਟੇਲ 'ਚ ਮੈਂ ਤਾਂ ਕਦੇ ਗਿਆ ਹੀ ਨਹੀਂ ਹੋਣਾ ਸ਼ਾਇਦ ਇਹਨਾਂ, ਪਰ ਉਹ ਵਿਦਵਾਨ ਬੰਦੇ ਆ ਯੂਨੀਵਰਸਿਟੀਆਂ 'ਚ, ਹੈ ਨਾ, ਲਿਟਰੇਚਰ ਨਾਲ ਜ਼ਿਆਦਾ ਜੁੜੇ ਹੋਏ। ਤਾਂ ਕਹਿੰਦਾ ਮੈਂ ਦੇਖਦਾ ਵੀ ਤੂੰ ਕਦੇ ਇਸ ਗਾਣੇ ਨੂੰ ਟੱਪ ਜਾਏ ਜ਼ਿੰਦਗੀ 'ਚ, ਹੈ ਨਾ। ਤਾਂ ਇੱਕ ਗਾਣਾ ਮੇਰੇ ਉਹ ਮੈਂ ਖੁਦ ਗਾਇਆ ਸੀ ਲਾਈਵ, ਸ਼ਾਇਦ 3 ਵਿੱਚ ਸੀਗਾ ਜੀ, ਉਹ ਮੇਰੇ ਮਨ ਦੇ ਬਹੁਤ ਨੇੜੇ ਆ ਜੀ। ਕਿਸ ਹਾਲ 'ਚ ਰਹਿੰਦਾ ਹਾਂ ਤੈਨੂੰ ਕੁਝ ਵੀ ਪਤਾ ਨਹੀਂ, ਦਿਲ 'ਤੇ ਕੀ ਸਹਿੰਦਾ ਹਾਂ ਤੈਨੂੰ ਕੁਝ ਵੀ ਪਤਾ ਨਹੀਂ, ਕਿੰਨਾ ਦੀਆਂ ਗੱਲਾਂ ਨੇ ਮੇਰੀ ਰੂਹ ਨੂੰ ਪੱਛਿਆ ਏ, ਕਿਸ ਕਿਸ ਗੱਲ ਉੱਤੇ ਮੈਂ ਅੱਖੀਆਂ ਭਰ ਲੈਂਦਾ ਹਾਂ ਤੈਨੂੰ ਕੁਝ ਵੀ ਪਤਾ ਨਹੀਂ। ਵਾਹ। ਕਿੰਝ ਦੁਖੇ ਕਲੇਜਾ ਚੋਟ ਪੁਰਾਣੀ ਰੜਕੇ 'ਤੇ, ਕਿੰਝ ਲਹੂ ਸਿਆਹੀ ਬਣ ਕੇ ਆਉਂਦਾ ਵਰਕੇ 'ਤੇ, ਕਿੰਝ ਗੀਤ ਮੈਂ ਰਚਦਾ ਹਾਂ ਤੈਨੂੰ ਕੁਝ ਵੀ ਪਤਾ ਨਹੀਂ, ਸੂਲਾਂ 'ਤੇ ਨੱਚਦਾ ਹਾਂ ਤੈਨੂੰ ਕੁਝ ਵੀ ਪਤਾ ਨਹੀਂ, ਬਲਦੇ ਹੋਏ ਅੱਖਰਾਂ ਨੂੰ ਲਿਖਣ ਦੀ ਖਾਤਰ ਮੈਂ ਕੀ ਹਾਲ ਬਣਾ ਲੈਣਾ, ਕਿੰਝ ਧੁੱਖ ਦਾ ਮੱਚਦਾ ਹਾਂ ਤੈਨੂੰ ਕੁਝ ਵੀ ਪਤਾ ਨਹੀਂ। ਵਾਹ, ਕਿਸ ਹਾਲ 'ਚ ਰਹਿੰਦਾ ਹਾਂ, ਕੀ ਬਾਤ ਹੈ। ਠੀਕ ਹੈ, ਤੇਰਾ ਕਿ ਮੇਰੀ ਸ਼ੋਹਰਤ ਤੈਨੂੰ ਚੁੱਭਦੀ ਮੈਨੂੰ ਪਿਆਰੀ ਏ, ਤੂੰ ਕੀ ਜਾਣੇ ਮੈਂ ਕਿੰਨੀ ਕੀਮਤ ਤਾਰੀ ਏ, ਵਾਹ, ਕਿੰਨੇ ਪੋਹ ਠਰਿਆ ਹਾਂ ਤੈਨੂੰ ਕੁਝ ਵੀ ਪਤਾ ਨਹੀਂ, ਕਈ ਹਾੜ ਮੈਂ ਸੜਿਆ ਹਾਂ ਤੈਨੂੰ ਕੁਝ ਵੀ ਪਤਾ ਨਹੀਂ, ਕਿਸਮਤ 'ਤੇ ਦੁਨੀਆਂ ਨੇ ਮੈਨੂੰ ਕਿੰਨਾ ਰਵਾਇਆ ਏ, ਜਿਉਂਦਿਆਂ ਤੱਕ ਪਹੁੰਚਣ ਲਈ ਕਿੰਨੀ ਵਾਰ ਮਰਿਆ ਹਾਂ ਤੈਨੂੰ ਕੁਝ ਵੀ ਪਤਾ ਨਹੀਂ। ਕੀ ਬਾਤ ਆ, ਬਹੁਤ ਕਮਾਲ। ਹਾਂਜੀ, ਮੇਰੇ ਬੜਾ ਮਨ ਦੇ ਨੇ, ਬੜਾ ਲੰਬਾ ਗੀਤ ਆ ਜੀ, ਤੇ ਦੇਬੀ ਮਿੱਤਰਾਂ ਮੇ ਲੰਘਦੀ ਜਾਂਦੀ ਈਦ ਜਿਹਾ, ਥੋੜਾ ਜਿਹਾ ਤਰਨਮ ਚ ਹੋ ਜਾ। ਹਾਂਜੀ, ਮੈਂ ਸੁਣਾ ਨੂੰ। ਦੇਬੀ ਮਿੱਤਰਾਂ ਬਿਨ ਲੰਘਦੀ ਜਾਂਦੀ ਈਦ ਜਿਹਾ, ਦੇਬੀ ਮਿੱਤਰਾਂ ਬਿਨ ਲੰਘਦੀ ਜਾਂਦੀ ਈਦ ਜਿਹਾ, ਜਾਂ ਪੂਰੀ ਹੁੰਦੀ ਰਹਿ ਗਈ ਕਿਸੇ ਉਮੀਦ ਜਿਹਾ, ਮੈਂ ਕਿੰਨਾ ਕੱਲਾ ਹਾਂ ਤੈਨੂੰ ਕੁਝ ਵੀ ਪਤਾ ਨਹੀਂ, ਕੋਈ ਰੋਗ ਅਵੱਲਾ ਹਾਂ ਤੈਨੂੰ ਕੁਝ ਵੀ ਪਤਾ ਨਹੀਂ, ਸ਼ਗਨਾਂ ਦੀ ਮੁੰਦਰੀ ਲਈ ਉਂਗਲੀ ਚੋਂ ਲਾ ਸੁੱਟਿਆ, ਰੂੜੀ ਤੇ ਪਿਆ ਹੋਇਆ ਮੈਂ ਸੱਜਣਾ ਦਾ ਛੱਲਾ ਹਾਂ ਤੈਨੂੰ ਕੁਝ ਵੀ ਪਤਾ ਨਹੀਂ। ਵਾਹ ਵਾਹ, ਕੀ ਬਾਤ। ਕਿਸ ਹਾਲ 'ਚ ਰਹਿੰਦਾ ਹਾਂ ਤੈਨੂੰ ਕੁਝ ਵੀ ਪਤਾ ਨਹੀਂ। ਵਾਹ ਵਾਹ, ਜੱਜ ਦਾ ਵਿਚਾਰ। ਬਾਈ ਜੀ, ਪਿਛਲੇ ਦਿਨੀ ਤੁਹਾਡਾ ਨਾ ਇੱਕ ਗੀਤ ਆਇਆ ਛੱਲਾ। ਜੀ ਜੀ ਬਿਲਕੁਲ। ਤੇ ਉਸ ਗੀਤ ਦੇ ਨਾਲ ਕੋਈ ਜੁੜੀ ਯਾਦ ਜੀ, ਉਸ ਗੀਤ ਨੂੰ ਕਿਵੇਂ ਤਿਆਰ ਕੀਤਾ ਜੀ ਜੀ, ਕਿਹੜੀ ਕੰਪਨੀ ਨੇ ਜਾਰੀ ਕੀਤਾ, ਕਿਹਨੇ ਸੰਗੀਤ ਤਿਆਰ ਕੀਤਾ, ਇਹਦੇ ਮੁਤਲਕ ਜਾਣਕਾਰੀ ਦੇ ਦਿਓ ਜੀ। ਜੀ ਬਿਲਕੁਲ, ਇਹਦਾ ਮਿਊਜ਼ਿਕ ਕੀਤਾ ਦੀਪ ਜੰਡੂਰਾ ਨੇ, ਟੋਰਾਂਟੋ ਰਹਿੰਦੇ ਜਿਹੜੇ, ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਆ ਗਿਆ ਨਹੀਂ ਬਿਲੋ ਹਿੱਟ, ਹਨੇ ਉਹ ਨਹੀਂ ਕਿਹਾ ਉਹਨੇ, ਮੈਨੂੰ ਲੱਗਦਾ ਸੀ ਕਹੂਗੇ ਉਹ ਨਾ। ਉਹਨਾਂ ਦੀ ਆਪਣੀ ਕੰਪਨੀ RMG, ਉਹਨੇ ਰਿਲੀਜ਼ ਕੀਤਾ। ਅੱਛਾ ਜੀ। ਤੇ ਐਕਚੁਅਲੀ ਟੋਰਾਂਟੋ ਆਪਣੇ ਮੈਂ ਕਾਫੀ ਅਜ਼ੀਜ਼ ਆ, ਜਿੱਦਾਂ ਤੁਸੀਂ ਵੀ ਹੁਣ ਜਾਣਦੇ ਰਹਿੰਦੇ ਆ, ਆਪਣੇ ਜਿਹੜੇ ਮੇਰੇ ਬਹੁਤ ਅਜ਼ੀਜ਼ ਆ, ਛੋਟੂ ਬੱਡੂ ਦੋ ਜਿੱਥੇ ਰਹਿੰਦੇ ਆ, ਉਹ ਸਾਡੇ ਮੇਰੇ ਪ੍ਰੋਗਰਾਮਾਂ ਦਾ ਸਾਰਾ ਉਹ ਦੇਖਦੇ ਆ। ਤੇ ਇੱਕ ਗੀਤਾ ਜੈਲਦਾਰ ਆਪਣਾ ਵੀਰ ਨਾ, ਉਹਨਾਂ ਗੱਲ ਹੁੰਦੀ ਰਹਿੰਦੀ ਦੀਪ ਭਾਵ ਬਾਰੇ ਡਿਸਕਸ ਹੋਏ ਸੀ ਵੀ ਆਪਾਂ ਕੁਛ ਗਾਣਾ ਕਰੀਏ ਦੀਪ ਜੰਡ ਹੁਣਾਂ ਨਾਲ, ਮੇਰੀ ਫੋਨ 'ਤੇ ਇੱਕ ਦੋ ਵਾਰ ਗੱਲ ਹੋਈ, ਤਾਂ ਉਹ ਕਹਿੰਦੇ ਭਾਵ ਤੁਸੀਂ ਵੀ ਜਦੋਂ ਟੋਰਾਂਟੋ ਆਏ ਵੀ ਸਟੂਡੀਓ ਆਇਓ ਤਾਂ ਆਪਾਂ ਕੁਛ ਨਾ ਕੁਛ ਸੋਚਦੇ ਹਾਂ। ਮੈਂ ਕਿਹਾ ਠੀਕ ਹੈ। ਤਾਂ ਪਿੱਛੇ ਜਿਹਾ ਮੈਂ ਗਿਆ ਤਾਂ ਫਿਰ ਉੱਥੇ ਸਾਰੇ ਸਟੂਡੀਓ ਇਕੱਠੇ ਹੋਏ, ਸਾਰੇ ਦੋਸਤ ਮਿੱਤਰ, ਤਾਂ ਕੁਛ ਗਾਣੇ ਮੈਂ ਸਾਂਝੇ ਵੀ ਕੀਤੇ। ਤਾਂ ਫਿਰ ਇੱਕ ਨਾ ਮੈਨੂੰ ਬੜਾ ਅੱਛਾ ਕੰਮ ਲੱਗਦਾ ਅੱਜ ਕੱਲ੍ਹ ਜਿਹੜੇ ਨਵੇਂ ਮੁੰਡੇ ਨਾ ਮਿਊਜ਼ਿਕ ਕਰਦੇ ਆ, ਉਹ ਬੀਟਾਂ ਪਹਿਲਾਂ ਬਣਾ ਕੇ ਰੱਖ ਲੈਂਦੇ ਆ, ਕੋਈ ਨਾ ਕੋਈ ਬੀਟ ਬਣਾ ਕੇ, ਕੋਈ ਪੈਟਰਨ ਬਣਾ ਕੇ, ਆਹ ਪੈਟਰਨ ਬਹੁਤ ਅੱਛਾ ਹੈ ਇੰਨੇ ਟੈਂਪੋ 'ਤੇ, ਇੰਨੇ ਕੁ ਮੀਟਰ 'ਤੇ ਨਾ, ਫਿਰ ਉਹ 'ਚ ਬਾਅਦ 'ਚ ਗਾਣਾ ਲਿਖ ਲੈਂਦੇ ਆ, ਲੱਗਦਾ ਵੀ ਆਹ ਗਾਣਾ ਬਿਲਕੁਲ ਸ਼ੋਰ ਸ਼ੋਰ ਡਾਂਸਿੰਗ ਬਣਦਾ ਜਾਂ ਕਲੱਬ ਸੌਂਗ ਬਣਦਾ ਨਾ। ਤਾਂ ਇਹਨੇ ਬੀਟ ਸੁਣਾਈ ਇਸ ਗਾਣੇ ਦੀ, ਇੱਕ ਕਹਿੰਦੇ ਭਾਅ ਜੀ ਆਹ ਬੀਟ ਹੈ ਸਾਡੇ ਕੋਲ ਬਣੀ ਪਈ, ਵੀ ਇਹ 'ਤੇ ਕੋਈ ਗਾਣਾ ਤੁਹਾਡੇ ਕੋਲ ਹੋਵੇ। ਤਾਂ ਕੁਦਰਤੀ ਮੈਂ ਗਾਣਾ ਕੀਤਾ ਨਾ, ਉਹ ਮੈਂ ਗਾ ਕੇ ਦੇਖਿਆ ਤਾਂ ਉਹ ਬਿਲਕੁਲ ਬੀਟ ਨਾਲ ਮੈਚ ਕਰਦਾ ਸੀ। ਅੱਛਾ। ਕਹਿੰਦੇ ਭਾਅ ਜੀ ਇਹ ਗਾਣਾ ਕਰਦੇ ਆ, ਅਸੀਂ ਵੀ ਉਹ ਗਵਾ ਕੇ ਦੇਖਣਾ, ਬਿਲਕੁਲ ਤੁਹਾਡੀ ਬੀਟ 'ਤੇ ਹੁਣ ਗਾਉਂਦੇ ਨਾ ਜੀ, ਚੁਟਕੀਆਂ ਦੀ ਬੀਟ 'ਤੇ। ਹੁਣ ਚੱਕ ਮੁੰਦਰੀ ਫੜਾ ਦੇ ਮੈਨੂੰ ਛੱਲਾ, ਹੋ ਚੱਕ ਮੁੰਦਰੀ ਫੜਾ ਦੇ ਮੈਨੂੰ ਛੱਲਾ, ਵੇ ਤੇਰੇ ਜਿਹਾ ਹੋਰ ਕੋਈ ਨਾ, ਚੱਕ ਮੁੰਦਰੀ ਫੜਾ ਦੇ ਮੈਨੂੰ ਛੱਲਾ, ਵੇ ਤੇਰੇ ਜਿਹਾ ਹੋਰ ਕੋਈ ਨਾ, ਮਸਾਂ ਮਿਲਿਆ ਹਾਏ ਵੇ ਮਸਾਂ ਮਿਲਿਆ, ਮਸਾਂ ਮਿਲਿਆ ਸਬੱਬ ਨਾਲ ਕੱਲਾ, ਵੇ ਤੇਰੇ ਜਿਹਾ ਹੋਰ ਕੋਈ ਨਾ, ਚੱਕ ਮੁੰਦਰੀ ਫੜਾ ਦੇ ਮੈਨੂੰ ਛੱਲਾ, ਵੇ ਤੇਰੇ ਜਿਹਾ ਹੋਰ ਕੋਈ ਨਾ। ਵਾਹ ਵਾਹ, ਮੈਨੂੰ ਪੂਰਾ ਯਾਦ ਨਹੀਂ ਵੀ ਕੁਛ ਪੁਰਾਣਾ ਲਿਖਿਆ ਸ਼ਾਇਦ ਥੋੜਾ, ਮੈਨੂੰ 27 ਅੰਤਰਾ ਇੱਕੋ ਯਾਦ ਆ, ਕਹਿੰਦਾ ਸਾਨੂੰ ਇੰਨਾ ਹੀ ਚਾਹੀਦਾ, ਬਾਕੀ ਸੀ ਆਪਣਾ ਰੈਪ ਪਾ ਲੈਣਾ, ਇੰਨਾ ਹੀ ਗਾਓ ਤੁਸੀਂ, ਕਹਿੰਦਾ ਸਟੂਡੀਓ 'ਚ ਬੜੋ ਜੀ ਤੁਸੀਂ ਖੜੇ ਪਰ ਡੱਬ ਕੀਤਾ, ਤਾਂ ਫਿਰ ਕਹਿੰਦੇ ਰੈਪ ਲਿਖ ਲੈਣਾ, ਕਹਿੰਦੇ ਕੁਛ ਹੋਰ ਪੋਇਟਰੀ ਸ਼ੇਅਰ ਥੋੜਾ ਜਿਹੜਾ ਸਟਾਈਲ ਆ, ਤਾਂ ਕੁਛ ਮੈਨੂੰ ਲਾਈਨਾਂ, ਮੈਂ ਕਿਹਾ ਮੈਂ ਆਹ ਸਟੇਜ 'ਤੇ ਬੋਲਦਾ ਹੁੰਦਾ ਕਿਸੇ ਹੋਰ ਗਾਣੇ ਨਾਲ, ਕਹਿੰਦਾ ਕੋਈ ਨਹੀਂ ਇਹਨੂੰ ਵੀ ਮੈਚ ਕਰਦੀ, ਇਹ ਵੀ ਗਾ ਦਿਓ। ਤਾਂ ਉਹ ਵੀ ਗਾਤੀਆਂ, ਅਸੀਂ ਉਹਨੂੰ ਯਾਰ ਬਣਾ ਛੱਡਿਆ, ਅਸੀਂ ਜਾਣ ਕੇ ਮੋਹਰਾ ਖਾ ਛੱਡਿਆ, ਅਸੀਂ ਸੌਦਾ ਸਸਤੇ ਭਾ ਛੱਡਿਆ, ਦਿਲ ਮੁੰਦਰੀ ਨਾਲ ਵਟਾ ਛੱਡਿਆ, ਹੈ ਨਾ।
ਸਾਡਾ ਜੱਗ ਜਹਾਨ ਛੁਡਾ ਛੱਡਿਆ, ਸਾਨੂੰ ਝੱਲਿਆਂ ਵਾਂਗ ਰਵਾ ਛੱਡਿਆ, ਕੋਈ ਕਾਲਾ ਜਾਦੂ ਪਾ ਛੱਡਿਆ, ਪਤਾ ਨੀ ਕੀ ਕੀ ਪਾ ਛੱਡਿਆ, ਹਨਾ ਘਰ ਆ ਛੱਡਿਆ, ਗਾ ਛੱਡਿਆ, ਹੁਣ ਅਸੀਂ ਉਹਦੇ ਰਾਹ ਵਿੱਚ ਮਰਨਾ ਹੈ, ਫਾਹਾ ਵੱਢਿਆ ਖਿੱਚ ਸਕਿਆ ਸੀ ਉਹਦੇ ਰਾਹ ਵਿੱਚ ਮਰਨਾ ਹੈ, ਉਹਨੇ ਹੋਰ ਕੋਈ ਨਾ ਰਾਹ ਛੱਡਿਆ, ਹੁਣ ਹੋਰ ਕੀ ਦੇਵੀ ਚਾਹੁੰਦਾ ਇਸ ਯਾਰ ਨੂੰ ਰੱਬ ਬਣਾ ਛੱਡਿਆ। ਵਾਹ ਵਾਹ। ਉਹ ਕਹਿੰਦੇ ਯਾਰ ਬੱਲਾ ਇਹ ਵੀ ਕਹਿੰਦੇ ਫਿੱਟ ਕਰ ਦੂਗਾ ਉਹ ਜੀ, ਉਹ ਮੁਕਾ ਉਹ ਨਾ ਕਰਤਾ ਵਿੱਚ ਉਹਨੂੰ ਰੈਪ ਲਿਖ ਲਿਆ, ਉਹ ਟੱਚ ਬੁੜਿਆ ਐਸਾ ਇੱਕ ਸਮਿਟਰੀ ਬਣੀ ਨਾ ਜੀ, ਯੰਗਸਟਰ ਜਿਹੜੇ ਉਹਨਾਂ ਦੇ ਫੈਨ ਆ ਉਹ ਤਾਂ ਨੈਚੁਰਲੀ ਉਹਨੂੰ ਵੇਟ ਕਰਦੇ ਆ, ਚਲੋ ਨਾਲ ਸਾਡਾ ਵੀ ਸੂਤ ਲੱਗ ਗਿਆ ਵੀ ਯਾਰ ਵੀ ਇਹ ਵੀ ਬੰਦੇ ਨੇ ਇਹ ਕੀ ਦੀਪ ਜੰਡੂ ਨਾਲ ਕੀ ਗਾਇਆ ਹੋਊਗਾ, ਹੈ ਨਾ ਜੀ। ਤੇ ਉਹ ਕਹਿੰਦਾ ਭਾਜੀ ਤੁਸੀਂ ਆਪਣਾ ਸਟਾਈਲ ਨਹੀਂ ਛੱਡਣਾ, ਅਸੀਂ ਆਪਣਾ ਕੰਮ ਕਰਨਾ। ਉਹ ਰੈਪ ਵੀ ਜਿਹੜਾ ਕੋਈ ਲਾਲੀ ਮੁੰਡੀ ਉਹਨਾਂ ਦਾ ਫਰੈਂਡ ਆ ਉਹਨੇ ਲਿਖਿਆ, ਬੜੇ ਮੈਚਿੰਗ ਉੱਦਾਂ ਦੀਆਂ ਗੱਲਾਂ ਕਰਤੀਆਂ ਤੇ ਬੜਾ ਵਧੀਆ ਦੀਪ ਨੇ ਆਪ ਗਾਇਆ ਹੈ ਰੈਪ ਜਿਹੜਾ, ਤੇ ਉਹ ਬੜਾ ਫਿਰ ਕਹਿੰਦੇ ਜੀ ਬਸ ਪਰਸੋਂ ਆਪਾਂ ਸ਼ੂਟ ਕਰਾਣਾ ਗਾਣਾ ਰੈਡੀ ਆ, ਤਾਂ ਤੀਜੇ ਦਿਨ ਅਸੀਂ ਉੱਥੇ ਸ਼ੂਟ ਕੀਤਾ ਡਾਊਨ ਟਾਊਨ, ਵਧੀਆ ਬਣ ਗਿਆ ਜੀ ਆਪਣੀ ਕੰਪਨੀ 'ਚ ਕੀਤਾ ਤੇ ਟੱਚ ਵੋਡ ਹੋ ਫਿਰ ਬਸ ਪਲੈਨਿੰਗ ਦਾ ਜਿਸ ਤਰ੍ਹਾਂ ਹੁਣ ਸਾਰੇ ਕਹਿੰਦੇ ਭਾਅ ਜੀ ਸਾਨੂੰ ਵਧੀਆ ਲੱਗਦਾ, ਅਤੇ ਬਾਅਦ 'ਚ ਉਹਨੇ ਇੱਕ ਦੋ ਵਾਰ ਰੈਪ ਵੀ ਚੇਂਜ ਕੀਤਾ, ਮੁੰਡਾ ਪਰਮਾ ਜਿਹੜਾ ਮਿਊਜ਼ਿਕ ਪ੍ਰੋਡਿਊਸਰ ਹੈ ਉਹਨਾਂ ਦਾ ਕੰਪਨੀ ਦਾ, ਉਹ ਕਹਿੰਦਾ ਭਾਅ ਜੀ ਮੈਂ ਉਹਨੂੰ ਕਿਹਾ ਯਾਰ ਰੈਪ ਹੋਰ ਲਿਖ ਇਹਨੂੰ ਢਾ ਕੇ ਦੁਬਾਰਾ ਕੁਛ ਹੋਰ ਲਿਖ ਹੈ ਨਾ, ਅਤੇ ਫਿਰ ਉਹ ਬੜੀ ਕਾਫੀ ਉਹਨੇ ਕਰਕੇ ਵਧੀਆ ਬਣਾਤਾ ਜੀ, ਬਹੁਤ ਹੁਣ ਸਾਰਾ ਉਹਦਾ ਸੁਣਦੇ ਹਾਂ ਆਪਣਾ ਇੱਕ ਡਿਫਰੈਂਟ ਫਲੇਵਰ ਆ, ਜਿੱਦਾਂ ਮਤਲਬ ਸਾਡੇ ਲਈ ਐਕਸਪੈਰੀਮੈਂਟ ਸੀ ਪਰ ਟੱਚ ਵੋਡ ਸੁਣਨ ਵਾਲਿਆਂ ਨੇ ਪਸੰਦ ਕੀਤਾ ਜੀ ਉਹਨੂੰ। ਅਤੇ ਬਾਈ ਜੀ ਇੱਕ ਗੱਲ ਮੈਨੂੰ ਦੱਸੋ ਵੀ ਤੁਸੀਂ ਗੁਰਦੇਵ ਸਿੰਘ ਮਾਨ ਹੋਰਾਂ ਦੀ ਬੜੀ ਸੰਗਤ ਕੀਤੀ, ਕਮਲ ਬਾਈ ਨੇ ਵੀ ਬੜੀ ਕੀਤੀ ਹੈ, ਕਮਲ ਹੀਰ ਹੋਰਾਂ ਨੇ, ਇਸ ਤੋਂ ਇਲਾਵਾ ਤੁਸੀਂ ਸੁਰਜੀਤ ਪਾਤਰ ਜੀ ਦੇ ਬੜੇ ਨੇੜੇ ਹੋ, ਤੁਸੀਂ ਜਿਵੇਂ ਦੱਸਦੇ ਸੀ ਚਾਹ ਪੀਣ ਵੇਲੇ ਕਿ ਬਾਬੂ ਸਿੰਘ ਮਾਨ ਹੋਰਾਂ ਤੋਂ ਬੜੇ ਪ੍ਰਭਾਵਿਤ ਹੋ, ਇਹਨਾਂ ਲੋਕਾਂ ਦੇ ਨਾਲ ਤੁਹਾਡੀਆਂ ਕਈ ਇਹੋ ਜਿਹੀਆਂ ਮਿੱਠੀਆਂ ਯਾਦਾਂ ਸਲੂਣੀਆਂ ਤਾਂ ਕਹਿ ਨਹੀਂ ਸਕਦੇ ਵੀ ਜਿਹੜੀਆਂ ਸੁਣ ਕੇ ਸਾਨੂੰ ਵੀ ਚੰਗਾ ਲੱਗਦਾ, ਕੋਈ ਇਹੋ ਜਿਹੀ ਯਾਦ ਸੁਣਾ ਦਿਓ ਵੀ ਇਹਨਾਂ ਬਸ ਹੱਸੀ ਜਾਈਏ। ਉਹ ਉਹਨਾਂ ਦਾ ਜੀ ਮਾਨ ਸਾਹਿਬ ਦੀਆਂ ਤਾਂ ਗੱਲਾਂ ਦਾ ਮੈਂ ਜਦੋਂ ਜ਼ਿੰਦਗੀ ਪਹਿਲੀ ਵਾਰ ਮਿਲਿਆ ਸੀਗਾ ਬਾਬੂ ਸਿੰਘ ਮਾਨ ਹੁਣ, ਮੈਂ ਕਿਹਾ ਜੀ ਮੈਂ ਤੁਹਾਡੇ ਗਾਣਿਆਂ ਦਾ ਫੈਨ ਹੈਗਾ, ਤੁਹਾਡੇ ਗੱਲਾਂ ਦਾ ਬਹੁਤ ਫੈਨ ਆ, ਉਹ ਤੂੰ ਮੇਰੀ ਕਿਹੜੀ ਗੱਲ ਸੁਣੀ ਆ, ਮੈਂ ਕਿੰਨੀਆਂ ਉਹ ਤੈਨੂੰ ਕਿੱਦਾਂ ਪਤਾ, ਮੈਂ ਕਿਹਾ ਜੀ ਤੁਹਾਡੀਆਂ ਗੱਲਾਂ ਮਸ਼ਹੂਰ ਬਹੁਤ ਆ, ਗਾਂ ਤੋਂ ਗਾਂ ਉੱਡ ਜਾਂਦੀਆਂ ਹਨਾ, ਅਤੇ ਮਾਨ ਸਾਹਿਬ ਦੀਆਂ ਗੱਲਾਂ ਆਪਾਂ ਕੌਫੀ ਪੀਂਦੇ ਨੇ ਬਹੁਤ ਕੀਤੀਆਂ, ਅਤੇ ਮੈਨੂੰ ਇੱਕ ਬੜੀ ਗੱਲ ਯਾਦ ਆਈ, ਜਾਂ ਤੁਸੀਂ ਇਹਦੇ ਕੋਲ ਪਹਿਲਾਂ ਕੋਈ ਮਜ਼ਾਹੀਆ ਗੱਲ ਉਹਨੂੰ ਸੁਣਾਓ, ਤਾਂ ਮੈਨੂੰ ਜਿਹੜੀ ਮੈਂ ਸੁਣਾ ਦਿੰਦਾ, ਜਦੋਂ ਅਸੀਂ ਨਾ ਗਏ ਸੀ ਮੁਲਾਕਾਤ ਕਰਨ ਪਿਛਲੇ ਦਿਨ, ਉਹ ਬੜਾ ਵਧੀਆ ਉਹਨੂੰ ਹੁੰਗਾਰਾ ਮਿਲਿਆ ਦੋ ਕਿਸ਼ਤਾਂ ਦੇ ਵਿੱਚ ਜਿਹੜੀ ਮੁਲਾਕਾਤ ਕੀਤੀ ਸੀ, ਉਸ ਦਿਨ ਉਹ ਕਹਿੰਦੇ ਵੀ ਮੈਂ ਬੰਬੇ ਕਾਫੀ ਸਮਾਂ ਰਿਹਾ ਜੀ ਜੀ, ਅਤੇ ਕਹਿੰਦੇ ਵੀ ਮੰਜ਼ਲਾਂ ਹੀ ਮੰਜ਼ਲਾਂ ਉੱਤੇ ਮੰਜ਼ਲ ਅਤੇ ਮੰਜ਼ਲ, ਮੰਜ਼ਲ ਅਤੇ ਮੰਜ਼ਲ, ਕਹਿੰਦਾ ਜਿੱਥੇ ਦੇਖਦੇ ਆ ਕੀੜੀਆਂ ਵਾਂਗੂ ਲੋਕ ਬੰਬੇ ਤੁਰੇ ਫਿਰਦੇ ਆ, ਕਹਿੰਦੇ ਇੱਕ ਦਿਨ ਮੈਂ ਆਖਿਆ ਹਰਭਜਨ ਨੂੰ ਬਈ ਇਹਨਾਂ ਸਾਰਿਆਂ ਨੂੰ ਥੱਲੇ ਲਾ ਕੇ ਦੇਖਤਾ ਲਓ ਵੀ ਕਿਤੇ ਬੰਬੇ 'ਚ ਪੂਰੇ ਆਉਂਦੇ ਵੀ ਕਿ ਨਹੀਂ, ਜ਼ਮੀਨ 'ਤੇ ਵੀ ਆਉਂਦੇ, ਜ਼ਮੀਨ 'ਤੇ ਵੀ ਪੂਰੇ ਆਉਂਦੇ ਆ ਕਿ ਬਸ ਇੱਕ ਦੂਜੇ ਦੇ ਸਿਰਾਂ 'ਤੇ ਖੜੇ ਇਹ ਸਾਰੇ, ਕਿਆ ਬਾਤ, ਇੰਨੀ ਜ਼ਹੀਨ ਗੱਲ ਔਰ ਉਹ 'ਚ ਮਜ਼ਾਹੀਆ ਰੰਗ ਔਰ ਟੋਰਾਂਟੋ ਰੇਡੀਓ ਤੇ ਮੈਂ ਵੀ ਇੰਟਰਵਿਊ ਕਰਨ ਗਿਆ, ਸ਼ੋ ਸੀ ਮੇਰਾ 2 ਸਾਲ ਪਹਿਲਾਂ, ਉਹ ਬਿਲਕੁਲ ਉਹਨੇ ਬੇਸਮੈਂਟ ਥੱਲੇ ਜਾ ਕੇ ਪੱਟਵੀਂ ਬੇਸਮੈਂਟ ਹੁੰਦੀ ਨਾ ਟੋਰਾਂਟੋ, ਉਹਨੇ ਥੱਲੇ ਆਪਣੇ ਰੇਡੀਓ ਸਿਸਟਮ ਰੱਖਿਆ, ਤੇ ਮਾਨ ਸਾਹਿਬ ਦਾ ਸ਼ੋ ਕਰਨ ਗਿਆ ਬਾਈ ਭਗਵੰਤ ਮਾਨ ਹੁਣੇ ਹਰਭਜਨ ਬਾਈ ਸਾਰੇ ਸੀਗੇ ਨਾ, ਉਹ ਜਾ ਕਹਿੰਦੇ ਜੀ ਮਾਨ ਸਾਹਿਬ ਥੋੜਾ ਬਚ ਗਿਆ ਰੇਡੀਓ ਥੱਲੇ ਜਾ ਕੇ ਆ, ਅੱਛਾ ਬਈ ਭਗਵੰਤ, ਕਹਿੰਦਾ ਜਲੰਧਰ ਦਾ ਕਹਿੰਦਾ ਆਕਾਸ਼ਬਾਣੀ ਦੇਖੀ ਸੀ, ਪਤਾਲ ਬਾਣੀ ਇੱਥੇ ਆ ਕੇ ਦੇਖੀ, ਪਤਾਲ ਬਾਣੀ ਜਲੰਧਰ ਆਕਾਸ਼ਬਾਣੀ ਪਤਾਲ ਬਾਣੀ, ਨਾਲ ਦੀ ਨਾਲ ਉਹਨਾਂ ਦੀ ਗੱਲ ਹੁੰਦੀ ਜਿਹੜੀ ਬਿਨਾਂ ਸੋਚੇ ਤੋਂ, ਔਰ ਉਹ ਬੜੀ ਦਿਲ ਕਰ, ਮੈਨੂੰ ਸਵਰ ਨੇ ਇੱਕ ਬੜੀ ਇੱਕ ਲੰਬੀ ਮੁਲਾਕਾਤ ਬੰਬੇ ਅਸੀਂ ਬੈਠੇ ਸੀ ਮਾਨ ਸਾਹਿਬ ਕੋਲ, ਬੜੀ ਦੇਰ ਤੱਕ ਮਹਿਫਲ ਲੱਗੀ, ਅਤੇ ਉਹਨਾਂ ਉਹਨੇ 3-4 ਦੋਸਤ ਸੀਗੇ ਬੈਠੇ ਬੰਬੇ ਤੋਂ, ਤਾਂ ਤੁਰਨ ਲੱਗਿਆ ਨੇ ਮੈਨੂੰ ਯਾਦ ਹੈ, ਮੈਂ ਉਹਨੂੰ ਇੱਕ ਦੋ ਗੱਲਾਂ ਕਹੀਆਂ ਸੀ, ਤਾਂ ਕਹਿੰਦੇ ਬੇਟਾ ਤੈਨੂੰ 2 ਗੱਲਾਂ ਦੱਸਣੀਆਂ ਤੇਰੇ ਕੰਮ ਆਉਣਗੀਆਂ, ਮੈਂ ਕਿਹਾ ਜ਼ਰੂਰ, ਅਤੇ ਨਿੱਕੇ ਹੁੰਦੇ ਰਜਾਈਆਂ 'ਚ ਸਪੀਕਰਾਂ ਤੁਹਾਡੇ ਗਾਣੇ ਵੱਜਦੇ ਸੁਣਦੇ ਰਹੇ, ਸ਼ਾਇਦ ਕਿ ਉਦੋਂ ਚਿਟਕ ਲੱਗੀ ਹੋਣੀ ਗਾਣਿਆਂ ਬਾਰੇ, ਕਹਿੰਦੇ ਬੇਟਾ ਇੱਕ ਤਾਂ ਜਿਹੜੀਆਂ ਟੈਂਪਰੇਰੀ ਵੇਵਸ ਮਾਰਕੀਟ ਵਿੱਚ ਆਉਂਦੀਆਂ ਵਕਤੀ ਲਹਿਰਾਂ, ਨਾ ਇਹਨਾਂ ਤੋਂ ਡਰਨਾ ਨਾ ਇਹਨਾਂ ਦੇ ਪਿੱਛੇ ਲੱਗਣਾ, ਵਾਹ ਹੁਣ ਅੱਜ ਕੱਲ੍ਹ ਇੱਦਾਂ ਚੱਲਦਾ, ਮੈਂ ਵੀ ਇੱਦਾਂ ਲਿਖਾਂ, ਜੋ ਤੁਹਾਨੂੰ ਮੌਲਿਕ ਜਿਹੜੇ ਤੁਹਾਨੂੰ ਮੌਲਿਕ ਸੋਝਦਾ ਤੁਸੀਂ ਉਹੀ ਲਿਖਣਾ, ਵਾਹ ਦੂਜੀ ਗੱਲ ਕਹਿੰਦੇ ਇਦੂ ਜ਼ਿਆਦਾ ਕੀਮਤੀ ਆ, ਜਿਹੜਾ ਸੌਖਾ ਲਿਖਣਾ ਇਹ ਬਹੁਤ ਔਖਾ ਕੰਮ ਆ, ਵਾਹ ਤੇ ਔਖਾ ਲਿਖਣਾ ਸੌਖਾ ਜਦੋਂ ਮਰਜ਼ੀ ਲਿਖ ਲਓ, ਵਾਹ ਸੌਖਾ ਲਿਖਣ 'ਤੇ ਹਮੇਸ਼ਾ ਅਭਿਆਸ ਕਰਦੇ ਰਹਿਣਾ, ਮੈਂ ਕਿਹਾ ਅੱਖਾਂ ਮੀਟ ਕੇ ਸੋਚਿਆ, ਮੈਂ ਜ਼ਿਹਨ ਪਾਸਟ ਸਾਰਾ ਚੱਲ ਗਿਆ, ਮੈਂ ਕਿੰਨੇ ਸਾਲਾਂ ਤੋਂ ਇਹ ਬਿਨਾਂ ਨਾਗਾ ਨੋਨ ਸਟੋਪ ਔਰ ਸੁਪਰ ਹਿੱਟ ਹਰ ਕਲਾਕਾਰ ਲਈ, ਹਰ ਇੱਕ ਪੀੜ੍ਹੀ ਲਈ, ਹਰ ਤਰ੍ਹਾਂ ਦੇ ਆਰਟਿਸਟ ਲਈ ਇਹਨਾਂ ਲਿਖਿਆ ਔਰ ਕਾਮਯਾਬ ਲਿਖਿਆ, ਬਿਲਕੁਲ ਉਹ ਸਾਰੇ ਹਜ਼ਾਰਾਂ ਗਾਣੇ ਡੂਏਟ ਸੋਲੋ ਮੇਰੇ ਦਿਮਾਗ 'ਚ ਘੁੰਮ ਗਿਆ, ਬਰੀਕ ਤੋਂ ਬਰੀਕ ਗਾਣੇ ਮੈਂ ਉਹਨਾਂ ਦੇ, ਹਾਂਜੀ ਪੁੰਨਾ ਜ਼ਾਲਮਾਂ ਤੇ ਮੇਰੇ ਦਿਲਾਂ ਦਾ ਮਹਿਰਮਾ, ਮਹਿਰਮਾ ਵੀ ਬਦਲਾ ਕਿੰਨਾ ਚਿਰ ਹੋਰ ਤੇਰੀ ਛਾਂ, ਹਨਾ 3 ਰੁਪਏ 25 ਪੈਸੇ ਦੀ ਮੈਂ ਕਿਤਾਬ ਲਈ ਸੀ ਬਿਰਹੋਂ ਦੇ ਬੂਟੇ ਉਹ 'ਚ ਗਾਣਾ ਸੀ, ਮੈਂ ਦੱਸਿਆ ਸੀ ਮਾਨ ਸਾਹਿਬ ਨੂੰ, ਹੈ ਨਾ ਵਾਹ ਵਾਹ, ਸੋ ਮਤਲਬ ਉਹਨਾਂ ਨੇ ਹਰ ਰੰਗ ਲਿਖਿਆ, ਤਾਂ ਮੈਂ ਕਿਹਾ ਯਾਰ ਵੀ ਇਹ ਬਹੁਤ ਵੱਡੀ ਗੱਲ ਇਹਨਾਂ ਨੇ
ਕਿਉਂਕਿ ਨਾ ਹੁਣ ਜਿਹੜੀ ਸੂਈ ਆ ਲਗਾਤਾਰ ਭੱਜੀ ਜਾਂਦੀ ਹੈ ਘੜੀ ਦੀ ਅੱਗੇ ਤੋਂ ਅੱਗੇ ਤੇ ਆਪਾਂ ਰੁਕ ਜਾਣਾ ਥੋੜੇ ਕੁ ਮਿੰਟਾਂ ਬਾਅਦ, ਪਰ ਇਹ ਦੱਸੋ ਵੀ ਹੋਰ ਕਿਹੜੇ ਕਿਹੜੇ ਉਪਰਾਲੇ ਕਰ ਰਹੇ ਹੋ? ਇੱਕ ਤਾਂ ਦੇਬੀ ਲਾਈਵ ਦੀ ਗੱਲ ਹੋ ਗਈ, ਹੋਰ ਵੀ ਗੀਤ ਆ ਜਿਹੜੇ ਉਹ ਫਿਲਮਾਂ ਦੇ ਵਿੱਚ ਜਾਂ ਕਿਤੇ ਆ ਰਹੇ ਆ ਜਾਂ ਨਹੀਂ ਹਾਲੇ? ਕੋਈ ਐਡਾ ਖਾਸ ਨਹੀਂ, ਇੱਕ ਤਾਂ ਲਾਈਵ 'ਤੇ ਥੋੜ੍ਹੀ ਫੋਕਸ ਅੱਜ ਕੱਲ੍ਹ ਹੁਣ ਕਰਦੇ ਪਏ ਹਨ ਵੀ ਜੇ, ਕਿਉਂਕਿ ਉਹ ਇੱਕ ਮੇਰੇ ਲਈ ਫਿਰ ਬਹੁਤ ਵੱਡਾ ਕੰਮ ਹੁੰਦਾ ਜੀ, ਕਿਉਂਕਿ ਉਹ ਕੁਛ ਨਾ ਕੁਛ ਤਾਂ ਵੇਰੀਏਸ਼ਨ ਥੋੜ੍ਹੀ ਲਿਖੀ ਜਾਵੇ, ਕੋਸ਼ਿਸ਼ ਹੁੰਦੀ ਪਈ ਹਰ ਹਰ ਇੱਕ ਰੰਗ ਦਾ ਸ਼ੇਅਰ ਹੋ ਜਾਵੇ ਅਲੱਗ ਜਾਂ ਗਾਣੇ ਅਲੱਗ ਅਲੱਗ ਹੋ ਜਾਣ, ਅਤੇ ਬਸ ਲਾਈਵ ਦਾ ਵੀ ਹੈਗਾ ਅਤੇ ਨਾਲ ਕੁਛ ਸਿੰਗਲ ਟਰੈਕ ਦੋ ਚਾਰ ਕੁ ਰੈਡੀ ਹੈਗੇ ਆ ਜੀ ਕੁਛ ਕੁ। ਮੈਂ ਇਹ ਵੀ ਸੋਚਦਾ ਹੁੰਦਾ ਸਵਰਨ, ਜਿੱਦਾਂ ਅੱਜ ਕੱਲ੍ਹ ਜਿੱਦਾਂ ਪਿਓ ਗੱਲ ਆਪਾਂ ਆਰਟਿਸਟ, ਆਪਾਂ ਸਾਰੇ ਵਰਗਾਂ ਲਈ ਕੰਮ ਕਰਦੇ ਹਾਂ ਸਹੀ, ਹੈ ਨਾ, ਹਰ ਇੱਕ ਉਮਰ ਨੂੰ ਅਸੀਂ ਆਰਟਿਸਟ ਮੁੱਖ ਰੱਖਦੇ, ਯੰਗਸਟਰ ਵੀ ਸਾਨੂੰ ਪਸੰਦ ਕਰਨ ਥੋੜ੍ਹੀ ਵੱਡੀ ਉਮਰ ਦੇ ਮਚਿਓਰ, ਹੈ ਨਾ, ਅਤੇ ਮੈਨੂੰ ਹੁਣ ਕੁਛ ਦੋਸਤਾਂ ਮਿੱਤਰਾਂ ਨੇ ਰਾਏ ਦਿੱਤੀ ਵੀ ਜਦ ਕਹਿੰਦੇ ਜਿਹੜੀ ਤੇਰੀ ਰੂਹ ਆ ਰਹੀ ਆ ਉਹ ਲਾਈਵ ਵਿੱਚ ਪੂਰੀ ਹੋ ਜਾਂਦੀ ਆ ਦੇਬੀ ਲਾਈਵ ਜਦੋਂ ਕਰਦੇ ਹੋ, ਉਹ 'ਚ ਪੋਇਟਰੀ ਜੋ ਜਿਸ ਤਰ੍ਹਾਂ ਜੇ ਕਹਿੰਦੇ ਜਿਹੜੇ ਤੁਸੀਂ ਸਿੰਗਲ ਗਾਣੇ ਕਰਦੇ ਹੋ ਥੋੜ੍ਹੇ ਕਮਰਸ਼ੀਅਲ ਪੱਖ ਰੱਖੋ, ਜਿਸ ਤਰ੍ਹਾਂ ਛੱਲੇ ਵਾਲਾ ਜਿਸ ਤਰ੍ਹਾਂ ਹੋਇਆ ਨਾ ਵੀ ਦੀਪ ਜੰਡੂ ਹੋਣਾ, ਉਹਨਾਂ ਦਾ ਆਪਣਾ ਇੱਕ ਫਲੇਵਰ ਆ, ਆਪਣੀ ਮਾਰਕੀਟ ਹੈ ਬਹੁਤ ਵੱਡੀ, ਹੈ ਨਾ, ਔਰ ਗਾਣੇ ਦਾ ਸਾਨੂੰ ਉਹ ਤੋਂ ਹੌਸਲਾ ਬੜਾ ਮਿਲਿਆ ਵੀ ਆਡੀਅੰਸ ਨੂੰ ਮਤਲਬ ਇੱਕ ਡਿਸਪੁਆਇੰਟ ਨਹੀਂ ਹੋਏ, ਕਿਉਂਕਿ ਅਸੀਂ ਆਪਣਾ ਸਟਾਈਲ ਰੱਖਿਆ, ਉਹਨਾਂ ਦਾ ਆਪਣਾ ਸਟਾਈਲ ਆ, ਉਹ ਫਿਊਜ਼ਨ ਹੋ ਕੇ ਅੱਛਾ ਲੱਗਾ ਨਾ, ਅਤੇ ਹੁਣ ਅਸੀਂ ਕੁਛ ਗਾਣੇ ਕਰ ਰਹੇ ਕਲੱਬ ਸੌਂਗ, ਇੱਕ ਦੋ ਰੈਡੀ ਹੈਗੇ ਆ, ਮਤਲਬ ਡਾਂਸਿੰਗ ਬੀਟ ਦੇ ਬੀਟ ਨੰਬਰ, ਹੈ ਨਾ, ਅਤੇ ਲਾਈਟ ਲਾਈਟ ਬੋਲ, ਹੈ ਨਾ, ਅਤੇ ਕੁਛ ਸੈਡ ਟੱਚ ਦੇ ਇੱਕ ਦੋ ਹੈਗੇ ਆ, ਇੱਕ ਮੋਟੀਵੇਸ਼ਨਲ ਸੌਂਗ ਕੀਤਾ, ਉਹ ਮੈਨੂੰ ਬੜੇ ਉਮੀਦ ਹੈ ਜਮਾਲ ਕਿਨੇ ਚਾਹਿਆ, ਉਹਦਾ ਮਿਊਜ਼ਿਕ ਸੱਤੇਪਾਲ ਨੇ ਕੀਤਾ, ਦੇਸੀ ਕਰੂ ਵਾਲਿਆਂ ਨੇ, ਸੱਤਪਾਲ ਹੁਣ ਨੇ, ਤਾਂ ਉਹਦਾ ਵੀਡੀਓ ਹੁਣ ਪਲੈਨ ਕਰਦੇ ਹਾਂ, ਮੈਨੂੰ ਲੱਗਦਾ ਵੀ ਉਹ ਵੀ ਮਾਲਕ ਨੇ ਚਾਹਿਆ, ਗਾਹ ਨੂੰ ਸਾਲ ਕੁ ਤਾਂ ਫਿਰ ਆਪਾਂ ਮਿਲੇ ਤਾਂ ਉਹਨਾਂ ਗਾਣੇ ਦਾ ਫਿਰ ਆਪਾਂ ਸ਼ਾਇਦ ਜ਼ਿਕਰ ਕਰਾਂਗੇ। ਬਾਈ ਜੀ, ਵੈਸੇ ਉੱਦਾਂ ਮੈਂ ਨਿੱਜੀ ਤੌਰ 'ਤੇ ਜਾਣਨਾ ਚਾਹੁੰਦਾ ਕਿ ਕਦੇ ਮਨ ਦੇ ਵਿੱਚ ਇਸ ਗੱਲ ਦਾ ਦੁੱਖ ਜਾਂ ਮਲਾਲ ਨਹੀਂ ਹੋਇਆ ਕਿ ਜੋ ਨਵੇਂ ਪੂਰਦੇ ਆ ਉਹ ਦੇਂਗੜ ਦੇਂਗੜ ਆਹ ਕਰਤਾ ਉਹ ਕਰਤਾ ਨਹੀਂ, ਛਾਲ ਮਾਰ ਕੇ ਬਹਿ ਗਈ ਨਹੀਂ, ਤੂੰ ਖਾ ਗਈ ਨਹੀਂ, ਤੂੰ ਲੁੱਟ ਲਿਆ ਪੱਟ ਲਿਆ, ਇਹੋ ਜਿਹੀਆਂ ਗੱਲਾਂ ਕਰਕੇ ਵੱਧ ਕਮਾਈ ਕਰ ਗਏ ਅਤੇ ਅਸੀਂ ਘੱਟ ਲਿਖ ਕੇ ਸੁਥਰਾ ਲਿਖ ਕੇ ਉਹਨੇ ਪ੍ਰੋਗਰਾਮ ਉਹਨੇ ਸ਼ੋਅ ਨਹੀਂ ਲਾ ਸਕੇ? ਨਹੀਂ, ਇਸ ਤਰ੍ਹਾਂ ਨਹੀਂ, ਮੈਨੂੰ ਨਹੀਂ ਹਸਵਰਨ ਕਦੇ ਇੱਦਾਂ ਜ਼ਿਹਨ 'ਚ ਨਹੀਂ ਆਉਂਦਾ, ਮੈਨੂੰ ਉਹੀ ਗੱਲ ਜਿਹੜਾ ਫਿਰ ਆਪਣੇ ਜਿੰਨਾ ਕੁ ਦਾ ਅਸੀਂ ਕੰਮ ਕਰਦੇ ਹਾਂ ਇੱਕ ਲੈਵਲ ਕਹਿ ਲਓ, ਹੈ ਨਾ, ਵੀ ਉਹ ਤੋਂ ਥੱਲੇ ਗਿਰ ਕੇ ਨਾ ਕੰਮ ਕਰੀਏ। ਦੇਖੋ ਬਾਬੂ ਸਿੰਘ ਮਾਨ ਨੇ ਕਿਹਾ ਸੀ ਵੀ ਆਪਣਾ ਮੌਲਿਕਤਾ ਨਹੀਂ ਤੁਸੀਂ ਛੱਡਣੀ, ਹੈ ਨਾ, ਤਾਂ ਜਾਵੇਦ ਅਖਤਰ ਸਾਹਿਬ ਵਿੱਚ ਇੰਟਰਵਿਊ 'ਚ ਕਹਿ ਰਿਹਾ ਸੀ, ਕਹਿੰਦੇ ਯਕੀਨ ਮੰਨਿਓ ਮੈਂ ਉਨੀਆਂ ਫਿਲਮਾਂ ਕੀਤੀਆਂ ਨਹੀਂ ਜਿੰਨੀਆਂ ਛੱਡੀਆਂ, ਵਾਹ ਵਾਹ, ਵੀ ਉਸ ਲੈਵਲ ਤੋਂ ਮੈਂ ਥੱਲੇ ਨਹੀਂ ਕਰ ਸਕਦਾ, ਹੋਰ ਬੜੇ ਲਿਖੇ ਬੈਠੇ ਲਿਖਵਾ ਲਓ, ਲਿਖਵਾ ਲੈਂਦੇ ਕਹਿੰਦੇ ਅਗਲੇ, ਪਰ ਮੈਂ ਮਨਾ ਕਰਨਾ ਮੈਂ ਇਸ ਲੈਵਲ ਤੋਂ ਥੱਲੇ ਦੀ ਗੱਲ ਮੈਂ ਨਹੀਂ ਕਰ ਸਕਦਾ। ਵਾਹ, ਸੋ ਕਿਤੇ ਕਿਤੇ ਨਾ ਕਿਤੇ ਅਸੀਂ ਫੋਲੋਅਰ ਉਹਨਾਂ ਦੇ, ਹੈ ਨਾ, ਅਸਲ ਸ਼ਾਇਰਾਂ ਦੇ ਸਾਹਿਤਕਾਰਾਂ ਦੇ, ਅਤੇ ਫਿਰ ਉਹ ਫਿਰ ਇਹ ਆ ਵੀ ਆਪਾਂ ਉਹ ਆਪਣਾ ਪਛਾਣ ਛੱਡਣੀ, ਹੈ ਨਾ, ਤਾਂ ਉਹ ਮੈਨੂੰ ਠੀਕ ਨਹੀਂ ਲੱਗਦੀ ਵੀ ਉਸ 'ਚ। ਬਹੁਤ ਵਧੀਆ ਗੱਲ, ਅਤੇ ਮਾਲਕ ਦੀ ਕਿਰਪਾ, ਅਸੀਂ ਜਿੱਥੇ ਕਿ ਹੈਗੇ ਹਾਂ ਬੜੇ ਵਧੀਆ, ਅਤੇ ਸਾਡੇ ਸ਼ੋਅ ਲੱਗਦੇ ਆ, ਸਾਡੇ ਬਾਹਰ ਅਸੀਂ ਪਰਫਾਰਮ ਕਰਦੇ ਹਾਂ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਅਮਰੀਕਾ ਸਾਰੇ ਜਾਂਦੇ ਹਾਂ, ਬਿਲਕੁਲ ਆਡੀਅੰਸ ਸੁਣਦੇ ਕਰਕੇ ਅਸੀਂ ਜਾਂਦੇ ਹਾਂ, ਠੀਕ ਨਹੀਂ, ਪਰ ਹੁਣ ਬਿਲਕੁਲ ਅਸੀਂ ਬਿਨਾਂ ਮਤਲਬ ਦਾ ਗਾਣਾ ਜਿਹਦਾ ਕੋਈ ਜ਼ਿੰਦਗੀ ਨਾਲ ਤਾਲੁਕ ਨਾ ਹੋਵੇ ਉਹ ਲਿਖ ਕੇ ਵੀ ਅਸੀਂ ਗੁਨਾਹਗਾਰ ਨਹੀਂ ਬਣਨਾ ਚਾਹੁੰਦੇ, ਹੁਣ ਹਾਂ ਵੀ ਬਿਲਕੁਲ ਅਸੀਂ ਆਪਣੇ ਆਪ ਹੀ ਦਾਗ ਲਾ ਲਈ, ਹੈ ਨਾ, ਉਹ ਮੈਂ ਸਮਝਦਾ ਕੋਈ ਸਿਆਣਪ ਨਹੀਂ। ਬਹੁਤ ਵੀਰੇ, ਇੱਕ ਚੀਜ਼ ਜ਼ਰੂਰ ਦੱਸਿਓ ਵੀ ਅੱਜ ਦੀ ਜੇ ਪੰਜਾਬੀ ਗੀਤਕਾਰੀ ਦੀ ਆਪਾਂ ਗੱਲ ਕਰੀਏ ਤੇ ਚਾਹੇ ਗਾਇਕੀ ਦੀ ਗੱਲ ਕਰੀਏ, ਅੱਜ ਦੀ ਗੀਤਕਾਰੀ ਸਿਰਫ ਇਹ ਰਹਿ ਗਈ ਵੀ ਕੁੜੀ ਲੁੱਟ ਕੇ ਲੈ ਗਈ, ਕੁੜੀ ਨੇ ਆਹ ਕਰਤਾ, ਕੁੜੀ ਨੇ ਉਹ ਕਰਤਾ, ਮਤਲਬ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਗੁਲਾਮੀ ਨੇ ਇਕੱਲੇ ਵੀ ਕੁੜੀ ਇੱਦਾਂ ਹੈ, ਕੁੜੀ ਉੱਦਾਂ ਹੈ, ਕੁੜੀ ਉੱਦਾਂ ਹੈ, ਪਰ ਜੇ ਮੈਂ ਗੱਲ ਕਰਾਂ ਤਾਂ ਇਹ, ਕਿਉਂਕਿ ਜੇ ਆਪਾਂ ਸਿਆਣੇ ਜੇ, ਕਿਉਂਕਿ ਇਹ ਗੱਲ ਹਮੇਸ਼ਾ ਉਹਨਾਂ ਗੀਤਕਾਰਾਂ ਵੱਲੋਂ ਕਹੀ ਜਾਂਦੀ ਹੈ ਵੀ ਅਸੀਂ ਇੱਦਾਂ ਤਾਂ ਲਿਖਦੇ ਹਾਂ ਕਿ ਲੋਕ ਇੱਦਾਂ ਸੁਣਦੇ ਨੇ, ਪਰ ਲੋਕ ਤਾਂ ਤੁਹਾਨੂੰ ਵੀ ਸੁਣਦੇ ਨੇ, ਲੋਕ ਹਰਭਜਨ ਮਾਨ ਨੂੰ ਵੀ ਸੁਣਦੇ ਨੇ, ਬਾਬੂ ਸਿੰਘ ਮਾਨ ਨੂੰ ਵੀ ਸੁਣਦੇ ਨੇ, ਮਨਮੋਹਨ ਵਾਰਸ ਨੂੰ ਵੀ ਸੁਣਦੇ ਨੇ। ਇਹ ਤਾਂ ਬਹਾਨਾ ਹੀ ਆ ਮੇਰੇ ਹਿਸਾਬ ਨਾਲ, ਉਹ ਸ਼ਾਰਟਕਟ ਮਾਰਨ ਵਾਲਾ, ਵੀ ਇੱਕ ਵਾਰ ਉਹ ਸੰਸ ਨਹੀਂ ਫੈਲਾ ਦੀ ਹੈ ਕਿੱਦਾਂ ਦੀ ਗੱਲ ਕਰਕੇ, ਦੇਖੋ ਵੀ ਆਹ ਕੀ ਆ ਗਿਆ, ਹੈ ਨਾ, ਮਤਲਬ ਉਹ ਗੱਲਬਾਤ ਉਦੋਂ ਕੁਛ ਵੀ ਨਾ ਹੋਵੇ ਉਹਦੇ ਵਿੱਚ, ਹੈ ਨਾ, ਜੀ ਜੀ ਜੀ, ਤੇ ਪਰ ਉਹ ਫਿਰ ਹੁਣ ਆਈ ਥਿੰਕ ਇਹ ਚੀਜ਼ਾਂ ਉਹਨਾਂ ਨੂੰ ਮੁਬਾਰਕ ਹੋ ਸਕਦੀਆਂ, ਅਸੀਂ ਤਾਂ ਉਹ ਨਹੀਂ ਕਰ ਸਕਦੇ। ਵਾਕਈ, ਸੋ ਮੈਂ ਇਹੀ ਕਹਿਣਾ ਚਾਹੁੰਦੀ ਸੀ ਵੀ ਜਿਹੜੇ ਇਦਾਂ ਦੇ ਕਹਿ ਲਓ ਗੀਤਕਾਰ ਨੇ, ਗਾਇਕ ਨੇ, ਉਹਨਾਂ ਦੀ ਧਾਰਨਾ ਬਾਰੇ ਤੁਸੀਂ ਕੀ ਕਹਿੰਦੇ? ਉਹਨਾਂ ਦੇ ਆਈ ਥਿੰਕ ਸੋਚ ਇਦਾਂ ਨਹੀਂ ਵੀ ਚਲ ਉਹ ਆਪ ਇਦਾਂ ਸੋਚਦੇ ਆ, ਜਾਂ ਜਿਹੜੇ ਉਹਨਾਂ ਨੂੰ ਪ੍ਰਮੋਟ ਕਰਦੇ ਆ, ਜਾਂ ਜਿਹੜੇ ਉਹ ਕਹਿੰਦੇ ਸਾਡੇ ਫੋਲੋਅਰ ਸਾਨੂੰ ਲਾਈਕ ਕਰਦੇ ਆ, ਉਹਨਾਂ ਦੀ ਸ਼ਾਇਦ ਇਹੀ ਸੋਚ ਹੋਏਗੀ ਵੀ ਉਹਨਾਂ ਨੂੰ ਕੋਈ ਡੂੰਘੀ ਸੋਚ ਹੈ ਨਹੀਂ, ਪਰ ਅਸੀਂ ਹੁਣ ਗੱਲ ਕਿਤਾਬਾਂ ਤੋਂ ਸ਼ੁਰੂ ਕਰਦੇ, ਸਾਹਿਤ ਤੋਂ ਸ਼ੁਰੂ ਕਰਦੇ ਹਾਂ, ਲਿਟਰੇਚਰ ਤੋਂ, ਹੈ ਨਾ, ਅਸੀਂ ਉਹਨਾਂ ਬੰਦਿਆਂ ਨੂੰ ਪੜ੍ਹਿਆ, ਸਾਡੇ ਖੂਨ 'ਚੋਂ ਚੀਜ਼ਾਂ ਰੋਮ ਰੋਮ 'ਚ ਰਚੀਆਂ, ਅਸੀਂ ਉਹਨਾਂ ਤੋਂ ਦੂਰ ਨਹੀਂ ਜਾ ਸਕਦੇ। ਹੁਣ ਜਿਹਨਾਂ ਜਿਹੜੇ ਲੋਕ ਇਹਦੇ ਨੇੜੇ ਨਹੀਂ ਹੈਗੇ ਉਹ ਇਹਦੇ ਨੇੜੇ ਆ ਵੀ ਨਹੀਂ ਸਕਦੇ, ਮੈਨੂੰ ਲੱਗਦਾ ਉਹਨਾਂ ਨੇ ਉਹੀ ਕੁਛ ਕਰਨਾ ਜੋ ਕਰਦੇ ਪਏ, ਤੇ ਮੈਂ ਦੋਸ਼ ਨਹੀਂ ਕਿਸੇ ਨੂੰ ਦਿੰਦਾ, ਕਿਸੇ ਨੂੰ ਬੁਰਾ ਨਹੀਂ ਕਹਿੰਦਾ, ਹਰ ਬੰਦਾ ਆਪਣੇ ਕੰਮ ਦਾ ਜ਼ਿੰਮੇਵਾਰ ਹੈ, ਜੇ ਮੈਨੂੰ ਤੁਰ ਜਾਂਦਾ ਕੋਈ ਬਾਹੋਂ ਫੜ ਕਰਦਾ ਫਲਾਨੀ ਗੱਲ ਭਾਈ
ਇਨਸਾਨ ਦੀ ਆਪਣੀ ਹੁੰਦੀ, ਕਲਾਕਾਰ ਦੀ ਆਪਣੀ ਹੁੰਦੀ ਆ। ਸੋ ਅਸੀਂ ਕਿਤੇ ਮਾਲਕ ਦੀ ਕਿਰਪਾ ਨਾਲ ਜ਼ਿੰਮੇਵਾਰ ਸਮਝਿਆ, ਅੱਜ ਤੱਕ ਸਮਝਦੇ ਰਹਾਂਗੇ ਵੀ ਸਾਨੂੰ ਕੋਈ ਵੀ ਗੱਲ ਵੀ ਸਾਨੂੰ ਸ਼ਰਮਿੰਦਗੀ ਨਾ ਹੋਵੇ, ਸਾਨੂੰ ਨੀਵੀਂ ਨਾ ਪਾਉਣੀ ਪਵੇ, ਮੇਰੇ ਮਨ ਦੇ ਬੜਾ ਨੇੜੇ ਆ, ਬੜਾ ਕੋਈ ਸੰਜੀਦਾ ਮਹਿਫਲ ਜਦੋਂ ਹੁੰਦੀ ਆ ਮੈਂ ਪੜ੍ਹਦਾ ਕਿ ਰਾਤ ਦੇ ਪਰਦੇ ਵਿੱਚ ਮਜਬੂਰੀ ਪੇਟ ਦੀ ਖਾਤਰ ਵਿਕ ਜਾਂਦੀ ਹੈ, ਰਾਤ ਦੇ ਪਰਦੇ ਵਿੱਚ ਮਜਬੂਰੀ ਪੇਟ ਦੀ ਖਾਤਰ ਵਿਕ ਜਾਂਦੀ ਹੈ, ਦੌਲਤ ਲੋੜ ਦੇ ਪਿੰਡੇ ਉੱਤੇ ਪਤਾ ਆਪਣਾ ਲਿਖ ਜਾਂਦੀ ਹੈ, ਗੁੱਸਾ ਆਉਂਦਾ ਘਰ ਦੀ ਕੰਧ ਤੇ ਇੱਕਦਮ ਕਿੰਨੀ ਛੋਟੀ ਹੋ ਗਈ ਕਿ ਧੀ ਕੁਆਰੀ ਵਿਹੜੇ ਦੇ ਵਿੱਚ ਫਿਰਦੀ ਬਾਹਰੋਂ ਦਿਸ ਜਾਂਦੀ। ਮਿਲੇ ਗਰੀਬੀ ਵਿਰਸੇ ਵਿੱਚ ਤਾਂ ਆਦਤ ਜਿਹੀ ਹੋ ਜਾਂਦੀ ਹੈ ਇਹਦੀ, ਦੋ ਵੇਲੇ ਕੰਜ ਬਾਲਣਾ ਚੁੱਲ੍ਹਾ ਸੋਚ ਹੀ ਇੱਥੇ ਟਿਕ ਜਾਂਦੀ ਹੈ, ਕਦੋਂ ਬੋਲਣਾ ਕਦ ਚੁੱਪ ਰਹਿਣਾ ਕੀ ਮੰਗਣਾ ਤੇ ਕੀ ਨਹੀਂ ਮੰਗਣਾ, ਗਰੀਬ ਦੀ ਬੇਟੀ ਆਪਣੀ ਮਾਂ ਦਾ ਚਿਹਰਾ ਪੜ੍ਹਨਾ ਸਿੱਖ ਜਾਂਦੀ। ਛੋਟੇ ਘਰਾਂ 'ਚ ਲੋਕ ਨਹੀਂ ਛੋਟੇ, ਵੇਖਣ ਵਾਲੀ ਨਜ਼ਰ ਜੇ ਹੋਵੇ ਬਹੁਤ ਕੀਮਤੀ ਸ਼ੈ ਜੋ ਹੁੰਦੀ ਲੀਰਾਂ ਵਿੱਚੋਂ ਦਿਸ ਜਾਂਦੀ। ਗੈਰਤਮੰਦ ਗਰੀਬੀ ਔਖੀ ਹੋ ਕੇ ਵੀ ਤਨ ਪੂਰਾ ਢੱਕਦੀ, ਪਰ ਬੇਸ਼ਰਮ ਅਮੀਰੀ ਵੇਖੋ ਕੱਢ ਕੇ ਨੰਗੀ ਹਿੱਕ ਜਾਂਦੀ। ਇੱਕ ਸ਼ੇਰ ਹੈ ਜਿਹੜਾ ਮੈਨੂੰ ਗੁਰੂ ਜੀ ਪਾਤਰ ਸਾਹਿਬ ਨੇ ਥਾਪੀ ਦਿੱਤੀ ਸੀ, ਕਹਿੰਦੇ ਬੇਟੇ ਮੇਰੇ ਮੈਨੂੰ ਬਹੁਤ ਸ਼ੇਰ ਚੰਗਾ ਲੱਗਾ, ਮੈਂ ਸਮਝਦਾ ਮੇਰਾ ਅਵਾਰਡ ਆ ਉਹ ਪ੍ਰੈਜ਼ੀਡੈਂਟ ਅਵਾਰਡ ਆ ਉਸ ਸ਼ੇਰ ਦਾ ਜਿਹੜਾ ਗੁਰੂ ਜੀ ਨੇ ਮੈਨੂੰ ਸ਼ਾਬਾਸ਼ੀ ਦਿੱਤੀ ਸੀ ਕਿ ਇੱਜ਼ਤ ਵੱਟੇ ਆਟਾ ਚਾਵਲ ਦਾਲ ਖਰੀਦਣ ਵਾਲੇ ਸੋਚਣ, ਇੱਜ਼ਤ ਵੱਟੇ ਆਟਾ ਚਾਵਲ ਦਾਲ ਖਰੀਦਣ ਵਾਲੇ ਸੋਚਣ, ਘਰ ਵਿੱਚ ਆਉਂਦੀਆਂ ਕਿੰਨੀਆਂ ਚੀਜ਼ਾਂ ਘਰ 'ਚੋਂ ਕੇਵਲ ਇੱਕ ਜਾਂਦੀ। ਵਾਹ ਵਾਹ, ਕੀ ਜਾ ਰਿਹਾ ਤਾਂ ਕੀ ਆ ਰਿਹਾ, ਘਰ ਵਿੱਚ ਆਉਂਦੀਆਂ ਕਿੰਨੀਆਂ ਚੀਜ਼ਾਂ ਘਰ 'ਚੋਂ ਕੇਵਲ ਇੱਕ ਜਾਂਦੀ ਹੈ, ਕਿਸ ਕੰਮ ਦੇ ਰੰਗ ਤਮਾਸ਼ੇ ਕਾਹਦੀਆਂ ਰੀਝਾਂ ਕਿਹੜੇ ਸੁਪਨੇ, ਦੇਬੀ ਤੰਗੀਆਂ ਨਾਲ ਲੜਦਿਆਂ ਇੱਕ ਦਿਨ ਹਸਤੀ ਮਿਟ ਜਾਂਦੀ, ਰਾਤ ਦੇ ਪਰਦੇ ਵਿੱਚ ਮਜਬੂਰੀ ਪੇਟ ਦੀ ਖਾਤਰ ਵਿਕ ਜਾਂਦੀ। ਵਾਹ ਕੀ ਬਾਤ, ਬਿਲਕੁਲ ਨਿਸ਼ਬਦ ਕਰ ਦੇਣਾ ਕਿਸੇ ਨੂੰ, ਸਪੀਚਲੈਸ ਹੈ ਨਾ, ਬਹੁਤ ਚੰਗਾ ਲੱਗਾ। ਹੁਣ ਅਸੀਂ ਆ ਕਰਕੇ ਤਾਂ ਉਹ ਨਹੀਂ ਕਰ ਸਕਦੇ ਜਿਹਨਾਂ ਆਪਾਂ ਜ਼ਿਕਰ ਕਰਦੇ ਹਾਂ, ਵਾਕਈ ਨਹੀਂ ਕਰ ਸਕਦੇ, ਉਹ ਉਹਨਾਂ ਨੂੰ ਮੁਬਾਰਕ ਹੋਵੇ ਕਿਉਂਕਿ ਵੈਸੇ ਵੀ ਇਸ ਮੁਕਾਮ ਤੇ ਪਹੁੰਚਣ ਲਈ ਬਹੁਤ ਮਿਹਨਤ, ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ, ਬਹੁਤ ਪੜ੍ਹਨਾ ਪੈਂਦਾ, ਬਹੁਤ ਉੱਚੇ ਸੁੱਚੇ ਲੋਕਾਂ ਨਾਲ ਗਿਰਨਾ ਤਾਂ ਬਹੁਤ ਸੌਖਾ ਆ, ਜਦ ਮਰਜ਼ੀ ਗਿਰ ਜਾਓ ਕਿਸੇ ਪਾਸੇ, ਹੈ ਨਾ, ਸਹੀ ਸਹੀ, ਤੇ ਉੱਠਣੇ ਔਖਾ ਜਾ, ਉਸ ਲੈਵਲ ਤੇ ਮੇਨਟੇਨ ਰੱਖਣਾ ਆਈ ਥਿੰਕ ਔਖਾ ਹੈ ਨਾ ਜੀ, ਗਿਰ ਤਾਂ ਜਲ ਮਰਜੀ, ਹੁਣ ਇੱਕ ਮਿੰਟ 'ਚ ਆਪਾਂ ਗਿਰ ਜਾਂਦੇ, ਥੱਲੇ ਛਾਲ ਮਾਰ ਦੇਣ, ਉੱਪਰ ਨੂੰ ਚੜ੍ਹਨਾ ਮੁਸ਼ਕਿਲ ਆ, ਬਿਲਕੁਲ ਛਾਲ ਮਾਰ ਕੇ ਥੱਲੇ ਜਾ ਮਰ ਜਾਓ, ਹੈ ਨਾ, ਚੌ ਮੰਜ਼ਲ ਮਾਰ ਸਕਦੇ ਹਾਂ, ਬਚਾ ਗਿਰ ਸਕਦੇ, ਗਿਰਨਾ ਤਾਂ ਗਿਰਨਾ ਹੀ ਆ, ਬਿਲਕੁਲ ਸਹੀ ਗੱਲ, ਵਾਹ ਬਹੁਤ ਚੰਗਾ ਲੱਗਿਆ ਮੈਨੂੰ ਇਹ ਗੱਲ ਸੁਣ ਕੇ। ਤੁਹਾਡਾ ਪਸੰਦੀਦਾ ਸਵਾਲ ਜੀ, ਹੁਣ ਪਸੰਦੀਦਾ ਸਵਾਲ ਅਸੀਂ ਤੁਹਾਨੂੰ ਕਰਦੇ, ਹਾਲਾਂਕਿ ਗੱਲਾਂ ਮੁੱਕੀਆਂ ਨਹੀਂ ਹੈਗੀਆਂ ਪਰ ਸਮੇਂ ਅੱਗੇ ਕਿਸੇ ਦਾ ਜ਼ੋਰ ਨਹੀਂ, ਸੋ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਰੱਬਾ ਵੀ ਤੇਰੀ ਰਾਤ ਮੁੱਕੀ, ਮਾਨ ਸਾਹਿਬ ਦਾ ਗਾਣਾ ਬਾਬੂ ਸਿੰਘ ਮਾਨ, ਵਾਕਈ। ਸੋ ਸਾਡਾ ਪਸੰਦੀਦਾ ਸਵਾਲ ਵਿੱਚ ਅੱਜ ਦਾ ਵਿਚਾਰ ਚਾ ਕੇ ਕਿਵੇਂ ਦਾ ਲੱਗਿਆ? ਬਿਲਕੁਲ ਜੀ, ਮੈਨੂੰ ਮੇਰਾ ਵਿਚਾਰ ਵੈਸੇ ਬਹੁਤ ਚੱਜਦਾ ਸੀ ਤੁਹਾਡੇ ਬਾਰੇ, ਚੰਗਾ ਵਿਚਾਰ ਸੀ ਕਿਉਂਕਿ ਪ੍ਰਾਈਮ ਏਸ਼ੀਆ ਟੀਵੀ ਅਮਨ ਖਟਕੜ ਵੀਰ ਹੁਣੇ ਸਾਰੇ ਮਿਹਨਤ ਕਰ ਰਹੇ, ਜਤਿੰਦਰ ਪੰਨੂ ਸਾਹਿਬ ਦੇ ਸ਼ੋਅ ਆਉਂਦੇ ਆ ਔਰ ਹਰ ਵੇਰੀਏਸ਼ਨ ਹੈ ਨਾ, ਅਤੇ ਤੁਸੀਂ ਜਿਹੜੀ ਉਹ ਤੁਹਾਡੇ ਹਰ ਪਕੜ ਤੋਂ ਹਰ ਫੀਲਡ ਦਾ ਬੰਦਾ ਤੁਹਾਡੇ ਨਾਲ ਆਉਂਦਾ ਔਰ ਤੁਸੀਂ ਐਨ ਸਾਰੀਆਂ ਚੱਜ ਦੀਆਂ ਗੱਲਾਂ ਕਰਦੇ, ਵਧੀਆ ਗੱਲਾਂ ਕਰਦੇ, ਵਧੀਆ ਇਨਫੋਰਮੇਸ਼ਨ ਹੁੰਦੀ ਆ, ਉਹ 'ਚ ਐਂਟਰਟੇਨਮੈਂਟ ਵੀ ਹੁੰਦਾ, ਐਂਟਰਟੇਨਮੈਂਟ ਜੁੜੇ ਸਾਡੇ ਵਰਗੇ ਵੀਰ ਭਰਾ ਆਉਂਦੇ ਆ, ਅਤੇ ਉਹ ਹਮੇਸ਼ਾ ਹੀ ਚੰਗਾ ਲੱਗਦਾ, ਅਤੇ ਮੈਂ ਜਦੋਂ ਵੀ ਕਦੇ ਮੌਕਾ ਮਿਲਦਾ ਵਾਚ ਕਰਦੇ ਆ ਜਾਵੇ ਨਾ, ਤਾਂ ਫਿਰ ਦੇਖ ਲਿਆ ਟੈਣਾ ਸਾਹਿਬ ਨੇ, ਅੱਛਾ ਵੀ ਹਰਮਨ ਨੂੰ ਨਹੀਂ ਬੈਠੇ ਆ, ਫਿਰ ਚਲੋ ਹੁਣ ਕਲਿੱਕ ਕਰਕੇ ਸੁਣ ਲਈ ਹੈ ਨਾ, ਓਨੈਸਟਲੀ ਬਹੁਤ ਵਧੀਆ, ਅਤੇ ਮੁਬਾਰਕਾਂ, ਇਹ ਮਤਲਬ ਇੱਕ ਚੈਨਲ ਐਸਾ ਆਇਆ, ਬਾਕੀ ਚੈਨਲ ਆਪੋ ਆਪਣੀ ਜਗ੍ਹਾ ਸਾਰੇ ਚੈਨਲ ਠੀਕ ਆ, ਪਰ ਇੱਕ ਪਾਰਦਰਸ਼ੀ ਤਰੀਕੇ ਨਾਲ, ਇਮਾਨਦਾਰੀ ਨਾਲ, ਇੱਕ ਕਟਾਕਸ਼ ਕਰਨਾ ਔਰ ਸੱਚ ਬੋਲਣ ਦੀ ਜ਼ਰੂਰਤ ਕਰਨੀ, ਜਿਹੜੇ ਪੰਨੂ ਸਾਹਿਬ ਹੋਣੀ, ਗੁਰਪ੍ਰੀਤ ਵੀਰ ਉਹ ਕਰਦੇ ਆ, ਉਹ ਅਮੇਜ਼ਿੰਗ ਆ, ਉਹ ਹਰ ਬੰਦਾ ਨਹੀਂ ਕਰ ਸਕਦਾ, ਉਹ ਸਲੂਟ ਆ ਇਸ ਚੈਨਲ। ਸ਼ੁਕਰੀਆ ਵੀਰੇ, ਬਹੁਤ ਚੰਗਾ ਲੱਗਾ, ਦੁਆ ਗਵਾਂ ਕਿ ਮਾਲਕ ਤਰੱਕੀਆਂ ਬਖਸ਼ੇ, ਇਸ ਤਰ੍ਹਾਂ ਤੁਸੀਂ ਇਹ ਖੁਸ਼ੀਆਂ ਖੇੜੇ ਵੰਡਦੇ ਰਹੋ, ਇਹ ਇਨਫੋਰਮੇਸ਼ਨ ਇਹ ਗਿਆਨ ਸਾਂਝਾ ਕਰਦੇ ਰਹੋ, ਅਤੇ ਇਸ ਤਰ੍ਹਾਂ ਅਸੀਂ ਆਉਂਦੇ ਜਾਂਦੇ ਰਹੀਏ ਅਤੇ ਗੱਲਾਂ ਬਾਤਾਂ। ਬਾਈ ਜੀ, ਤੁਹਾਡੀ ਉਮਰ ਬਹੁਤ ਲੰਮੀ ਹੋਵੇ, ਤੁਸੀਂ ਤੰਦਰੁਸਤ ਰਹੋ, ਤੁਸੀਂ ਲਗਾਤਾਰ ਲਿਖਦੇ ਰਹੋ, ਹੋਰ ਵਧੀਆ ਗਾਉਂਦੇ ਰਹੋ, ਤੁਹਾਡੀ ਪਛਾਣ ਜਿਵੇਂ ਲੋਕਾਂ ਦੇ ਮਨਾਂ ਦੇ ਵਿੱਚ ਅਮਿੱਟ ਆ, ਇਹ ਅਮਿੱਟ ਹੀ ਰਹੇ, ਇਹਦੀ ਅਸੀਂ ਕਾਮਨਾ ਕਰਦੇ ਹਾਂ, ਅਤੇ ਜਦੋਂ ਕੋਈ ਨਵਾਂ ਉਪਰਾਲਾ ਕਰੋਗੇ ਤਾਂ ਆਪਾਂ ਫਿਰ ਇੱਥੇ ਹਾਜ਼ਰ ਹੋਵਾਂਗੇ। ਜੀ ਜੀ ਬਿਲਕੁਲ ਬਿਲਕੁਲ, ਆਉਣ ਵਾਲੇ ਸਾਲ ਤੱਕ ਫਿਰ ਕਿਤੇ ਮਾਲਕ ਨੇ ਚਾਹੇ ਕੁਛ ਨਵਾਂ ਪ੍ਰੋਜੈਕਟ ਹੋਇਆ ਫਿਰ ਜ਼ਰੂਰ ਆਪਾਂ ਦਰਸ਼ਨ ਕਰਾਂਗੇ। ਜ਼ਰੂਰ ਹਰਮਨ ਜੀ, ਬਹੁਤ ਬਹੁਤ ਸ਼ੁਕਰੀਆ, ਸਵਰਨ ਥੈਂਕ ਯੂ, ਮੇਰਾ ਵੀਰ, ਸੋ ਨਾਈਸ। ਸੋ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਹੁਣ ਇੱਥੇ ਹੀ ਸਮੇਟਦੇ ਹਾਂ ਜੀ, ਅਤੇ ਅਸੀਂ ਅਗਲਾ ਵਾਅਦਾ ਵੀ ਤੁਹਾਡੇ ਨਾਲ ਕਰਕੇ ਚੱਲੇ ਹਾਂ ਵੀ ਦੁਬਾਰਾ ਜਦੋਂ ਮੌਕਾ ਮਿਲਿਆ ਫਿਰ ਤੋਂ ਇੱਥੇ ਤੈਨੂੰ ਅਸੀਂ ਬੈਠਾਂਗੇ ਜ਼ਰੂਰ। ਸੋ ਫਿਲਹਾਲ ਦੇ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ ਹਾਜ਼ਰ ਹੈ ਜੱਜ ਦਾ ਵਿਚਾਰ।